प्यारे विद्यार्थियों आज आपा ਕਰਨ ਜਾ ਰਹੇ ਆ ਸੈਂਪਲ ਪੇਪਰ ਦਸੰਬਰ 2021 টার্মিক جماعت ਪੰਜਵੀਂ ਵਿਸ਼ਾ ਅਗਨਿਤ ਬੱਚਿਓ ਨੈਸ ਟੈਸਟ ਤੋਂ ਬਾਅਦ ਕੀ ਆਪਾਂ ਫੇਰ ਤੁਹਾਡੇ ਸਿਲੇਬਸ ਨਾਲ ਜੁੜਨ ਜਾ ਰਹੇ ਹਾਂ ਤੇ ਦਸੰਬਰ ਮਹੀਨੇ ਵਿੱਚ ਤੁਹਾਡੇ ਜਿਹੜੇ ਆ ਫਰਸਟ ਟਰਮ ਦੇ ਪੇਪਰ ਹੋਣਗੇ ਇਹ ਜੋ ਆ ਸਾਨੂੰ ਨਮੂਨਾ ਪੇਪਰ ਦਿੱਤਾ ਗਿਆ ਵੀ ਕਿਸ ਤਰ੍ਹਾਂ ਦੇ ਸਾਡੇ ਜਿਹੜੇ ਦਸੰਬਰ ਮਹੀਨੇ ਵਿੱਚ ਪੇਪਰ ਹੋਣਗੇ ਬੱਚਿਓ ਇਸ ਪੇਪਰ ਦੇ કુલ ਅੰਕ 40 ਹੋਣਗੇ ਸਮਾਪਤਾਲੀ ਮਿੰਟ ਹੋਏਗਾ ਆਪਾਂ ਨੂੰ ਪੇਪਰ ਦਾ ਸਟਾਈਲ ਜਾਂ ਕਿਸ ਤਰ੍ਹਾਂ ਦਾ ਪੇਪਰ ਆਉਣਾ ਉਹ ਦੇਖਦੇ ਆ ਸਾਰੇ ਪ੍ਰਸ਼ਨ ਜ਼ਰੂਰੀ ਹਨ ਸਾਰੇ ਪ੍ਰਸ਼ਨ ਬਹੁ ਵਿਕਲਪੀ ਉੱਤਰਾਂ ਵਾਲੇ 2 2 ਅੰਕਾਂ ਦੇ ਹਨ ਬੱਚਿਓ ਇਹਦੇ ਵਿੱਚ ਤੁਹਾਨੂੰ ਬੀ ਜਿਹੜੇ ਆ ਸਵਾਲ ਆਣੇ ਆ ਹਰ ਇੱਕ ਦੇ ਜਿਹੜਾ ਆ 2 2 ਨੰਬਰ ਦਾ ਇਹ ਸਵਾਲ ਹੋਏਗਾ ਤੇ ਇਹਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਨੈਸ ਦੇ ਵਿੱਚ ਆਪਾਂ ਕਰਦੇ ਆ ਸਾਨੂੰ ਚਾਰ ਉੱਤਰ ਦਿੱਤੇ ਹੋਣੇ ਆ ਉਹਦੇ ਵਿੱਚੋਂ ਜਿਹੜਾ ਸਹੀ ਉੱਤਰ ਦੀ ਆਪਾਂ ਚੋਣ ਕਰਨੀ ਹੈ ਹਰੇਕ ਪ੍ਰਸ਼ਨ ਦੇ ਚਾਰ ਵਿਕਲਪ ਹਨ ਪ੍ਰਸ਼ਨ ਨੂੰ ਹੱਲ ਕਰਨ ਉਪਰੰਤ ਸਹੀ ਵਿਕਲਪ ਨੂੰ OMR ਸ਼ੀਟ ਵਿੱਚ ਭਰੋ ਬੱਚਿਓ ਇਹ ਜਿਹੜੇ ਟਰਮ ਸਾਡੀ ਹੋਏਗੀ ਇਹਦੇ ਵਿੱਚ ਵੀ ਤੁਸੀਂ ਜਿਹੜਾ ਆਪਣੇ ਫਾਈਨਲ ਆਨਸਰ ਆ ਉਹ OMR ਸ਼ੀਟ ਵਿੱਚ ਭਰਨੇ ਹਨ ਆਓ ਦੇਖਦੇ ਹਾਂ ਨਮੂਨਾ ਪੇਪਰ ਤੇ ਕਰਦੇ ਹਾਂ ਇਸ ਨਾਲ ਸੰਬੰਧ ਸਵਾਲ ਬੱਚਿਓ ਸਵਾਲ ਨੰਬਰ 1 ਕੀ ਆ 헤ਠਾ ਦਿੱਤੇ ਗਿੰਤਾਰੇ ਤੇ ਦਰਸਾਈ ਗਈ ਸੰਖਿਆ ਪਤਾ ਕਰੋ ਬੱਚਿਓ ਇਹ ਸਾਨੂੰ गिनतारा ਦਿੱਤਾ ਗਿਆ ਹੈ ਇੱਥੇ ਸਾਨੂੰ ਇਹਦੇ ਵਿੱਚ ਦੱਸਿਆ ਗਿਆ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਫਿਰ ਲੱਖ ਤੇ 10 ਲੱਖ ਬੱਚਿਓ ਜਦੋਂ ਵੀ ਸਾਨੂੰ ਗਿਨਤਾਰਾ ਦਿੱਤਾ ਗਿਆ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਅਸੀਂ ਜਿਹੜੇ ਇਹਦੇ ਬੀਡਸ ਜਾਂ ਜਿਹੜੇ ਮੋਤੀ ਆ ਉਹ ਆਪਾਂ ਗਿਣਾਂਗੇ ਇਕਾਈ ਵਾਲੇ ਸਥਾਨ ਤੇ ਸਾਡੇ ਕੋ ਹਾਂ ਜੀ 1 2 3 4 5 6 7 ਬੱਚਿਓ ਇਕਾਈ ਵਾਲੇ ਸਥਾਨ ਤੇ ਸਾਡੇ ਕੋ 7 ਆ ਆਪਾਂ ਇੱਥੇ 7 ਲਿਖ ਲੈਂਦੇ ਆ ਫਿਰ ਜਿਹੜਾ ਅੱਗੇ ਦਹਾਈ ਆ ਉੱਤੇ ਕੋਈ ਨਹੀਂਗਾ ਕੋਈ ਬੀਡ ਨਹੀਂ ਫਿਰ ਆਪਾਂ ਇਹਦੀ 0 ਪਾ ਲੈਣੀ ਆ ਇਸੇ ਤਰ੍ਹਾਂ ਸੈਂਕੜਾ ਆ ਉੱਥੇ ਵੀ ਅਸੀਂ 0 ਪਾ ਲੈਣੀ ਆ ਉਤੋਂ ਬਾਅਦ ਸਾਡੇ ਕੋਲ ਹਜ਼ਾਰ ਵਾਲੇ ਸਥਾਨ ਤੇ 1 2 3 ਇੱਥੇ ਬੱਚੇ ਸਾਡੇ ਕੋਲ 3 ਹੈ ਇਸੇ ਤਰ੍ਹਾਂ ਜਿਹੜਾ 10000 ਆ ਉੱਥੇ ਸਾਡੇ ਕੋਲ ਕਿੰਨੇ ਮੋਤੀ ਹਨ ਜਾਂ ਬੀਡ 1 2 3 ਏ ਵੀ ਸਾਡੇ ਕੋ 3 ਆ ਗਏ। ਬੱਚਿਓ ਇਹ ਸਾਡੀ ਹੁਣ ਕੀ ਇੱਕ ਸੰਖਿਆ ਬਣ ਗਈ ਹੈ। ਆਪਾਂ ਹੁਣ ਇਹ ਸੰਖਿਆ ਪੜ੍ਹਨੀ ਹੈ। ਫਿਰ ਅਸੀਂ ਕੀ ਦੇਖਣਾ ਸਹੀ ਜਿਹੜੀ ਆਪਸ਼ਨ ਆ ਉਹਦੇ ਵਿੱਚੋਂ ਸਹੀ ਉੱਤਰ ਦੀ ਚੋਣ ਕਰਨੀ ਹੈ। ਬੱਚਿਓ ਇਹ ਜਿਹੜੀ ਸੰਖਿਆ ਬਣ ਗਈ ਹੈ ਇਹ ਸੰਖਿਆ ਸਾਡੇ ਕੋ ਬਣੀ ਆ 33007। ਆਓ ਦੇਖਦੇ ਹਾਂ ਆਪਸ਼ਨ। ਪਹਿਲੀ ਆਪਸ਼ਨ ਆ 33700। ਦੂਸਰੀ ਹੈ ਜੀ 33007। ਫਿਰ 3307 ਫਿਰ ਹੈ ਜੀ 70033 ਪਰ ਜਿਹੜੀ ਸਹੀ ਸੰਖਿਆ ਬਣੀ ਹੈ ਇਹ ਹੈ ਜੀ 33007 ਇਹ ਸਾਡਾ ਜਿਹੜਾ ਰਾਈਟ ਆਨਸਰ ਹੋਏਗਾ ਬੱਚਿਓ ਇਹਦੇ ਵਿੱਚ অপਸ਼ਨ ਬੀ ਇਹਨੂੰ ਆਪਾਂ ਸਰਕਲ ਕਰ ਦੇਣਾ ਜਾਂ ਟਿਕ ਵੀ ਲਾ ਸਕਦੇ ਹਾਂ ਆਪ ਦੇਖਦੇ ਹਾਂ ਸਵਾਲ ਨੰਬਰ 2 ਦਿੱਤੇ ਗਏ ਫਲੈਸ਼ ਕਾਰਡ ਦੀ ਵਰਤੋਂ ਨਾਲ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਵੇਗੀ ਬੱਚਿਓ ਸਾਨੂੰ ਕੀ ਇਹ ਪੰਜ ਜਿਹੜੇ ਫਲੈਸ਼ ਕਾਰ ਦਿੱਤੇ ਗਏ ਹਨ ਇਹਨਾਂ ਫਲੈਸ਼ ਕਾਰਤੇ ਹਰ ਇੱਕ ਤੇ ਕੋਈ ਨਾ ਕੋਈ ਅੰਕ ਲਿਖਿਆ ਗਿਆ ਹੈ ਆਪਾਂ ਕੀ ਕਰਨਾ ਆਪਾਂ ਬਣਾਉਣੀ ਹੈ ਜੀ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬੱਚਿਓ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਦਿੱਤੇ ਹੋਏ ਅੰਕਾਂ ਤੋਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਛੋਟਾ ਅੰਕਾ ਉਹਨੂੰ ਲਿਖਾਂਗੇ ਬੱਚਿਓ ਜਦੋਂ ਅਸੀਂ ਇਹਨਾਂ ਨੂੰ ਦੇਖਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਛੋਟਾ ਅੰਕ ਹੋਗੀ ਆ ਰਿਆ 0 ਠੀਕ ਹੈ ਜੀ ਫਿਰ ਆਪਾਂ ਹੁਣ ਇੱਥੇ ਕੀ ਲਿਖ ਲਾਂਗੇ ਇਹ ਜਿਹੜਾ ਆਪਾਂ ਕੰਮ ਕਰ ਰਹੇ ਆ ਇੱਕ ਰਫ ਕੰਮ ਆ ਜੇ ਤੁਸੀਂ ਇਹਨੂੰ ਮਤਲਬ ਰਫ ਕੰਮ ਕੀਤੇ ਬਗੈਰ ਵੀ ਹੱਲ ਕਰਕੇ ਸਹੀ ਉੱਤਰ ਦੇ ਸਕਦੇ ਹੋ ਤਾਂ ਉਹ ਵੀ ਠੀਕ ਹੋਏਗਾ ਪਰ ਮੈਂ ਤੁਹਾਨੂੰ ਸਮਝਾਉਣ ਦਾ ਕਰਕੇ ਆਪਾਂ ਸਾਰਾ ਰਫ ਕੰਮ ਨਾਲ ਨਾਲ ਕਰਾਂਗੇ ਸਭ ਤੋਂ ਪਹਿਲਾਂ ਬੱਚਿਓ 0 ਫਿਰ ਉਸ ਤੋਂ ਬਾਅਦ ਆਏਗਾ 4 4 ਤੋਂ ਬਾਅਦ ਆਏਗਾ ਸਾਡੇ ਕੋਲ 6 6 ਤੋਂ ਬਾਅਦ ਆਏਗਾ 8 ਔਰ 8 ਤੋਂ ਬਾਅਦ ਆਏਗਾ 9 ਪਛਿਵੇਂ ਜਿਹੜੀ ਸੰਖਿਆ ਬਣ ਗਈ ਹੈ ਇਹਨੂੰ ਆਪਾਂ ਪੜਾਂਗੇ 4699 ਫਿਰ ਸਾਡਾ ਜਿਹੜਾ ਰਾਈਟ ਆਨਸਰ ਇਹ ਹੋਏਗਾ ਆਓ ਦੇਖਦੇ ਹਾਂ ਏ ਆਨਸਰ ਸਾਡਾ ਕਿੱਥੇ ਹੈ ਏ ਆਨਸਰ ਸਾਡਾ ਆਇਆ ਆਪਸ਼ਨ ਬੀ ਤੇ ਸੋ ਅਹੀ ਆਪਸ਼ਨ ਬੀ ਨੂੰ ਸਰਕਲ ਕਰ ਦਿੰਦੇ ਹਾਂ ਸਵਾਲ ਨੰਬਰ 3 ਹੇਠਾਂ ਦਿੱਤੀ ਸਥਾਨਕ ਮੁੱਲ ਸਾਰਣੀ ਵਿੱਚ 7 ਕਿਹੜੇ ਸਥਾਨ ਤੇ ਹੈ ਬੱਚੋ ਇਹ ਜਿਹੜੀ ਹੈ ਇਹ ਸਥਾਨਕ ਮੁੱਲ ਸਾਰਣੀ ਆ ਇਹਦੇ ਵਿੱਚ ਜਿਹੜਾ ਹੁਣ ਆਪਾਂ 7 ਆ ਉਹ ਦੇਖਣਾ ਉਹ ਕਿਹੜੇ ਘਰ ਵਿੱਚ ਜਾਂ ਕਿਹੜੇ ਸਥਾਨ ਤੇ ਹੈ ਬੱਚੋ ਜਿਹੜਾ 7 ਆ ਉਹ ਹੈ ਇੱਥੇ ਔਰ ਇਹ ਕਿਹੜਾ ਘਰ ਆ ਘਰ ਕਹਿ ਲੋ ਜਾਂ ਇਹਨੂੰ ਖਾਣਾ ਕਹਿ ਲੋ ਬੱਚੋ ਇਹ ਕਿਹੜੇ ਖਾਣੇ ਵਿੱਚ ਹੈਗਾ ਹਜ਼ਾਰ ਵਾਲੇ ਖਾਣੇ ਵਿੱਚ ਸੋ ਆਪਣੇ ਆਪਸ਼ਨ ਚੋਂ ਜਿਹੜਾ ਆਨਸਰ ਹੋਏਗਾ ਉਹ ਕੀ ਹੋਏਗਾ ਹਜ਼ਾਰ ਉਹ ਸਾਡਾ ਹੈ ਜੀ ਆਪਸ਼ਨ ਨੰਬਰ 3 ਜਿਹਨੋਂ ਪੱਸੀ ਕਰਾਂ। ਸੋ ਅਸੀਂ ਸੀ ਨੂੰ ਸਰਕਲ ਕਰ ਦਿੰਦੇ ਆ। ਸਵਾਲ ਨੰਬਰ 4 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ ਕੀ ਹੋਵੇਗੀ? ਬੱਚਿਓ ਇੱਕ ਤਾਂ ਆਪਾਂ 4 ਅੰਕਾਂ ਦੀ ਸੰਖਿਆ ਲਿਖਣੀ ਹੈ ਕਿਹੜੀ ਲਿਖਣੀ ਵੱਡੀ ਤੋਂ ਵੱਡੀ। ਜਦੋਂ ਵੀ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਆ ਤਾਂ ਅਸੀਂ ਜਿਹੜੇ 9 ਨੂੰ ਲੈ ਕੇ ਸੰਖਿਆ ਉਹ ਬਣਾਈ ਜਾਂਦੀ ਹੈ। ਫਿਰ ਅਸੀਂ ਇਹਦੇ ਵਿੱਚ ਦੱਸਣਾ ਵੀ ਉਹ ਸੰਖਿਆ ਤੋਂ ਇੱਕ ਅਗਲਾ ਜਿਹੜਾ ਸੰਖਿਆ ਉਹ ਕੀ ਹੋਵੇਗੀ ਬੱਚਿਓ ਜਦੋਂ ਚਾਰ ਅੰਕਾਂ ਦੀ ਆਪਾਂ ਵੱਡੀ ਤੋਂ ਵੱਡੀ ਸੰਖਿਆ ਲਿਖਦੇ ਹਾਂ ਉਹ ਹੁੰਦੀ ਆ ਆਪਾਂ 9 ਦੇ ਨਾਲ ਬਣਾਉਣੀ ਕਿੰਨੀਆਂ ਚਾਰ ਅੰਕਾਂ ਦੀ ਹੈ ਤੇ ਫਿਰ ਚਾਰ ਆ ਰਹੇ ਸੀ ਕੀ ਲੈ ਲੈਣਾ 9 ਇਹ ਤਾਂ ਬੱਚਿਓ ਆ ਗਈ ਆਪਣੇ ਕੋਲ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਪਰ ਆਪਾਂ ਕਿਹੜੀ ਲਬਣੀ ਇਤੋਂ ਅਗੇਤਰ ਅਗੇਤਰ ਮਤਲਬ ਇਹਨੋਂ ਅਗਲੀ ਇਹਨੂੰ ਅੱਗੇ ਵਾਲੀ ਕਿਹੜੀ ਹੋਏਗੀ ਉਹ ਆਪਾਂ ਇੱਕ ਜੋੜ ਕੇ ਕੱਢ ਸਕਦੇ ਹਾਂ ਬੱਚਿਓ ਇਹ ਸਾਡੇ ਕੋਲ ਆ ਰਿਹਾ 9 ਤੇ 1 10 10 ਦੀ 0 ਸਾਡੇ ਕੋਲ ਆਨਸਰ 1 ਸਾਡੇ ਕੋਲ ਫਿਰ ਆ ਗਿਆ 9 ਤੇ 1 10 10 ਦੀ 0 ਫਿਰ ਇੱਕ ਆਨਸਰ ਲੈ ਸਾਡੇ ਕੋਲ ਫਿਰ ਇੱਥੇ ਇਦਾਂ ਹੀ ਆ ਗਿਆ 9 ਤੇ 1 10 ਆਨਸਰ ਫਿਰ 1 ਤੇ ਹੁਣ ਸਾਡੇ ਕੋਲ ਕੀ ਬਚਿਆ ਫਿਰ 9 ਤੇ 1 10 ਬੱਚਿਓ ਫਿਰ ਸਾਡਾ ਜਿਹੜਾ ਆਨਸਰ ਕੀ ਹੈਗਾ ਉਹ ਆ ਰਿਹਾ 10000 ਆਪਸ਼ਨ ਜਿਹੜੀ ਹੈ ਸਾਡੀ ਸਹੀ ਆਪਸ਼ਨ ਬੀ ਬੱਚਿਓ ਆਪ ਦੇਖਦੇ ਹਾਂ ਸਵਾਲ ਨੰਬਰ 5 ਦਿੱਤੀਆਂ ਵਸਤੂਆਂ ਵਿੱਚੋਂ ਕਿਹੜੀ ਵਸਤੂ ਦਾ ਮੁੱਲ ਸਭ ਤੋਂ ਘੱਟ ਹੈ ਬੱਚਿਓ ਇਹ ਬਹੁਤ ਸੌਖਾ ਸਵਾਲ ਆ ਇਹ ਤੁਸੀਂ ਸਾਰੇ ਹੀ ਬੱਚੇ ਆਪ ਕਰ ਸਕਦੇ ਹੋ ਸਾਨੂੰ ਕੀ ਆ ਪੱਖਾ ਦਿੱਤਾ ਗਿਆ ਐਲਈਡੀਆ ਰੇਡੀਓ ਆ ਇਹ ਸਾਨੂੰ ਫ੍ਰਿਜ ਦਿੱਤੀ ਗਈ ਆ ਆਪਾਂ ਕੀ ਲੱਭਣਾ ਆ ਸਭ ਤੋਂ ਘੱਟ ਮੁੱਲ ਦੀ ਵਸਤੂ ਉਹ ਵਸਤੂ ਸਭ ਤੋਂ ਘੱਟ ਕਿਹੜੀ ਹੈ ਦੇਖੋ ਪੱਖੇ ਦਾ 2500 ਐਲਈਡੀ 10500 ਰੇਡੀਓ 560 ਰੁਪਏ ਔਰ ਫ੍ਰਿਜ ਹੈ 32500 ਇਹ ਸਭ ਨੂੰ ਘੱਟ ਸਾਡੇ ਕੋਲ ਕੀ ਹੈਗਾ ਰੇਡੀਓ ਫਿਰ ਜਿਹੜਾ ਜਿੱਥੇ ਵੀ ਰੇਡੀਓ ਲਿਖਿਆ ਆਏਗਾ ਉਹ ਸਾਡਾ ਆਨਸਰ ਆ ਜਾਵੇਗਾ ਫਿਰ ਆਪਸ਼ਨ ਸੀ ਜਿਹੜਾ ਹੈ ਉਹ ਸਾਡਾ ਰਾਈਟ ਆਨਸਰ ਹੈ ਔਰ ਦੇਖ ਦਿਓ ਸਵਾਲ ਨੰਬਰ 6 ਹੇਠ ਲਿਖਿਆਂ ਵਿੱਚੋਂ ਗਲਤ ਕਥਨ ਦੀ ਚੋਣ ਕਰੋ ਬੱਚਿਓ ਜਿਹੜਾ ਗਲਤ ਆਪਾਂ ਉਹ ਲੱਭਣਾ ਹੈ ਆਪਸ਼ਨ ਦਿੱਤੀਆਂ ਸਾਨੂੰ 24 24 ਦਾ ਗੁਰਨਖੰਡ ਹੈ ਬੱਚਿਓ ਇਹ ਸਹੀ ਹੈ ਸੰਖਿਆ ਇੱਕ ਨਾ ਤਾਂ ਭਾਜ ਹੈ ਅਤੇ ਨਾ ਹੀ ਅਪਾਜ ਇਹ ਵੀ ਸਹੀ ਹੈ ਫਿਰ ਇਹ ਜੀ ਅੰਕ ਦੋ ਸਭ ਤੋਂ ਛੋਟੀ ਜਿਸ ਭਾਜ ਸੰਖਿਆ ਹੈ ਬੱਚਿਓ ਇਹ ਵੀ ਠੀਕ ਹੈ ਜਿਹੜਾ ਅੱਗੇ ਆ ਜੀ 36 ਜਿਹੜਾ ਆ ਉਹ 5 ਅਤੇ 7 ਦਾ ਗੁਣਜ ਨਹੀਂ ਹੈ ਬੱਚਿਓ 36 5 ਅਤੇ 7 ਦਾ ਗੁਣਜ ਹੈ ਪਰ ਇਹ ਚੀਜ਼ ਗਲਤ ਹੈ ਇਹ ਕੀ ਇਹ ਗੁਣਜ ਨਹੀਂ ਹੈ ਅਰੀਨਾ ਨੇ ਕੀ ਕਿਹਾ ਇਹ ਗੁਣਜ ਹੈ ਇਸ ਸਾਡਾ ਜਿਹੜਾ ਰਾਈਟ ਆਨਸਰ ਕੀ ਹੋ ਗਿਆ ਮਤਲਬ ਜਿਹੜਾ ਸੀ ਲੱਭਣਾ ਹੀ ਕਥਨ ਗਲਤ ਹੋਏਗਾ ਆਨਸਰ ਸਾਡਾ ਫਿਰ ਕੀ ਹੋਏਗਾ ਡੀ ਸਵਾਲ ਨੰਬਰ 7 ਹੇਠਾਂ ਦਿੱਤੇ ਸਮੂਹਾਂ ਵਿੱਚੋਂ ਕਿਹੜਾ ਸਮੂਹ ਜਿਸਤ ਸੰਖਿਆਵਾਂ ਦਾ ਹੈ ਬੱਚਿਓ ਜਿਸਤ ਸੰਖਿਆਵਾਂ ਸੰਖਿਆਵਾਂ ਨੂੰ ਆਪਾਂ ਇੱਕ ਕੈਟਾਗਰੀ ਹੈ ਜਿਹਦੇ ਵਿੱਚ ਅਸੀਂ ਟਾਂਕ ਤੇ ਜਿਸਤ ਸੰਖਿਆਵਾਂ ਕਹਿੰਦੇ ਆ ਵਿੱਚੋਂ ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਤੇ ਜਿਸਤ ਕਿਹੜੀਆਂ ਹੁੰਦੀਆਂ ਆਓ ਥੋੜਾ ਜਿਹਾ ਆਪਾਂ ਦੇਖ ਲਈਏ ਬੱਚਿਓ ਜਿਹੜੀਆਂ ਜਿਸ ਸੰਖਿਆਵਾਂ ਹੁੰਦੀਆਂ ਆ ਉਹ ਹੁੰਦੀਆਂ ਸਾਡੀਆਂ 2 4 6 8 10 ਅਲੋ ਜੀ ਜਦੋਂ ਅਸੀਂ ਗਿਣਤੀ ਕਰਦੇ ਆਂ ਤੇ ਇਹਨਾਂ ਵਿੱਚੋਂ ਇੱਕ ਇੱਕ ਅੱਖਰ ਛੱਡ ਕੇ ਪਰ ਸ਼ੁਰੂ ਕਿੱਥੋਂ ਕਰਨਾ ਜਿਸ ਤੋਂ 2 ਤੋਂ ਤੇ ਜਿਹੜੀ ਟਾਂਕ ਹੁੰਦੀਆਂ ਉਹ ਹੁੰਦੀਆਂ 1 ਤੋਂ 2 ਛੱਡ ਦੇਣਾ ਫਿਰ 3 4 ਛੱਡ ਕੇ 5 6 ਛੱਡ ਕੇ 7 ਇਦਾਂ ਫਿਰ ਅੱਗੇ ਤੋਂ ਅੱਗੇ ਆਪਾਂ ਚੱਲਦੇ ਜਾਣਾ ਤੁਸੀਂ ਸਿਰਫ ਯਾਦ ਕੀ ਰੱਖਣਾ ਆਂ ਵੀ ਟਾਂਕ ਜਿਹੜੀਆਂ ਸ਼ੁਰੂ ਹੁੰਦੀਆਂ 1 ਤੋਂ ਜਿਸ ਤੋਂ ਕਿੱਥੋਂ ਸ਼ੁਰੂ ਹੁੰਦੀਆਂ 2 ਤੋਂ ਜਾਂ ਇਹ ਵੀ ਕਹਿ ਸਕਦੇ ਆਂ ਜੇ ਦੂਜੀ ਨਿਸ਼ਾਨੀ ਹੁੰਦੀ ਆਂ ਜਿਨ੍ਹਾਂ ਸੰਖਿਆਵਾਂ ਨੂੰ ਅਸੀਂ 2 ਦੇ ਨਾਲ ਵੰਡ ਸਕੀਏ ਉਹ ਜਿਸਤ ਹੁੰਦੀਆਂ ਹਨ ਜਿਨ੍ਹਾਂ ਸੰਖਿਆਵਾਂ ਨੂੰ ਆਪਾਂ 2 ਦੇ ਨਾਲ ਨਹੀਂ ਵੰਡ ਸਕਦੇ ਉਹ ਟਾਂਕ ਹੁੰਦੀਆਂ ਆਪ ਹੁਣ ਆਪਾਂ ਦੇਖਦੇ ਹਾਂ ਜਿਸ ਸੰਖਿਆਵਾਂ ਦਾ ਸਮੂਹ ਬੱਚਿਓ ਸਾਨੂੰ ਇਹਨਾਂ ਵਿੱਚ ਦਿੱਤਾ ਗਿਆ ਹੈ 572 ਇਹ ਸੰਖਿਆਵਾਂ ਹੁਣ 100 ਤੋਂ ਉੱਪਰ ਹੈ ਇਹਨਾਂ ਵਿੱਚ ਤੁਸੀਂ ਕੀ ਦੇਖਣਾ ਬੱਚਿਓ ਇਹਨਾਂ ਵਿੱਚ ਤੁਸੀਂ ਜਿਸ ਤਰ੍ਹਾਂ ਇਹ 572 ਦਿੱਤਾ ਜਿਹੜਾ ਅਖੀਰ ਵਾਲਾ ਅੰਕ ਉਹ ਦੇਖ ਲੈਣਾ 2 ਬੱਚਿਓ 2 ਜਿਸਤ ਆ ਇਸ ਲਈ ਜਿਸਤ ਆ ਇਹਦਾ ਕੀ ਲਾਇਆ 373 ਦਾ 3 3 ਜਿਹੜਾ ਕਿ ਇਹ ਸਾਡਾ ਟਾਂਕ ਇਹ ਮਤਲਬ ਟਾਂਕ ਹੋ ਗਈ ਫਿਰ 5 5 ਵੀ 2 ਦੇ ਭਾੜੇ 'ਚ ਨਹੀਂ ਉਹਦਾ ਇਹਦਾ ਮਤਲਬ ਇਹ ਜੋੜਾ ਨਹੀਂਗਾ ਆਪਾਂ ਉਹ ਜੋੜਾ ਲੱਭਣਾ ਜਿਹਦੇ ਵਿੱਚ ਸਾਰੀਆਂ ਜਸਤ ਹੋਣ ਠੀਕ ਹੈ ਜੀ ਆਓ ਅਗਲਾ ਜਿਹੜਾ ਦੇਖਦੇ ਆਂ ਇੱਥੇ 2 ਆ ਰਿਹਾ ਫਿਰ 8 ਆ ਰਿਹਾ ਇਹ ਵੀ ਦੂਣੀ ਦੇ ਭਾੜੇ 'ਚ ਆਉਂਦਾ 0 ਆ ਜਾਂ ਆਪਾਂ 20 ਕਹਿ ਸਕਦੇ ਆ ਇਹ ਵੀ 0 ਦੇ ਭਾੜੇ 'ਚ ਆਉਂਦੇ ਆ 4 ਉਹ ਵੀ ਜਿਹੜਾ ਜ਼ੀਰੋ ਦੇ ਪਾੜੇ ਵਿੱਚ ਆਉਂਦਾ ਇਹ ਜਿਹੜੀਆਂ ਸੰਖਿਆਵਾਂ ਸਾਰੀਆਂ ਕੀ ਹਨ ਜੇਸਤਿਆ ਆਓ ਅੱਗੇ ਵੀ ਤੁਹਾਨੂੰ ਥੋੜਾ ਸਮਝਾ ਦਈਏ ਹੁਣ ਇਹਦੇ ਵਿੱਚ 1 ਆਇਆ ਸੀ ਇਹ ਟਾਂਕ ਹੋਗੀ 3 ਆਇਆ ਉਹ ਵੀ ਟਾਂਕ ਹੋਗੀ 5 ਆਇਆ ਉਹ ਵੀ ਟਾਂਕ ਸੰਖਿਆ ਹੋਗੀ 9 ਆਇਆ ਉਹ ਵੀ ਟਾਂਕ ਸੰਖਿਆ ਹੋਗੀ ਕਿਉਂਕਿ ਜਿਹੜੇ ਲਾਸਟ ਵਾਲੇ ਅੰਕ ਹਨ ਬੱਚਿਓ ਇਹ 2 ਨਾਲ ਨਹੀਂ ਵੰਡ ਹੁੰਦੇ ਇਸ ਲਈ ਕੀ ਇਹ ਟਾਂਕ ਸੰਖਿਆਵਾਂ ਹਨ ਹੁਣ ਤੁਹਾਨੂੰ ਸਮਝਾ ਲਈ ਆਪਾਂ ਅਗਲੀ ਆਪਸ਼ਨ ਵੀ ਦੇਖ ਲੈਂਦੇ ਆ ਇਹਦੇ ਵਿੱਚ ਲਾਸਟ ਵਿੱਚ 1 ਆ ਇਹ ਵੀ ਟਾਂਕ ਤਿੰਨ ਓਬਿਟਾਂਕ ਕਿਉਂਕਿ ਦੋ ਦੇ ਪਾੜੇ 'ਚ ਤਿੰਨ ਨਹੀਂ ਆਉਂਦੇ ਫਿਰ ਸਾਡੇ ਕੋਲ ਕੀ ਆ 8 ਦੋ ਦੇ ਪਾੜੇ ਵਿੱਚ ਬੱਚੇ 8 ਆਉਂਦੇ ਆ ਫਿਰ ਇਹ ਹੋ ਗਈ ਜਿਸਤ ਫਿਰ ਜ਼ੀਰੋ ਆ ਜਿੱਥੇ ਆਪਾਂ ਦੋ ਅੰਕ ਦੇਖ ਲੈਂਦੇ 20 ਦੋਣੀ ਦੇ ਪਾੜੇ 'ਚ 20 ਵੀ ਆਉਂਦੇ ਮਤਲਬ ਇਹ ਮਿਕਸ ਆ ਇਹਦੇ ਵਿੱਚ ਟਾਂਕ ਵੀ ਹੈਗੀਆਂ ਤੇ ਜਿਸਤ ਵੀ ਹੈਗੀਆਂ ਪਰ ਆਪਾਂ ਉਹ ਜੋੜਾ ਲੈਣਾ ਸੀ ਜਾਂ ਉਹ ਸਮੂਹ ਲੈਣਾ ਸੀ ਜਿਹਦੇ ਵਿੱਚ ਸਾਰੀਆਂ ਜਿਸਤ ਸੰਖਿਆਵਾਂ ਹੋਣ ਉਹ ਸਿਗਾ ਆਪਸ਼ਨ B ਸੋ ਸਾਡਾ ਰਾਈਟ ਆਨਸਰ ਹੋਏਗਾ ਬੱਚਿਓ ਆਪਸ਼ਨ B ਸਵਾਲ ਨੰਬਰ 8 ਦਿੱਤੀ ਗਈ ਆਕ੍ਰਿਤੀ ਦੇ ਰੰਗੇ ਭਾਗ ਦੀ ਭਿੰਨ ਕਿਹੜੀ ਹੈ ਬੱਚਿਓ ਪਿੰਨ ਵਾਲਾ ਸਵਾਲ ਆ ਗਿਆ ਇਹ ਹੁਣ ਤੁਸੀਂ ਸਿੱਖ ਚੁੱਕੇ ਹੋ ਵੀ ਭਿੰਨ ਦੇ ਦੋ ਹਿੱਸੇ ਹੁੰਦੇ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਇੱਕ ਅੰਸ਼ ਤੇ ਦੂਸਰਾ ਹਰ ਹੁਣ ਜਦੋਂ ਅਸੀਂ ਭਿੰਨ ਬਣਾਉਣੀ ਹੁੰਦੀ ਆ ਉਹਦੇ ਵਿੱਚ ਜਿਹੜੇ ਪਹਿਲਾਂ ਟੋਟਲ ਹਿੱਸੇ ਹੁੰਦੇ ਆ ਅਸੀਂ ਉਹ ਕਿ ਲਿਖੀਦਾ ਹਰ ਜਾਂ ਥੱਲੇ ਜਿਹੜੇ ਹੈਠਾਂ ਵੱਲ ਲਿਖਨੇ ਉਹ ਕਿੰਨੇ ਲਿਖ ਲੈਨੇ ਅਸੀਂ 4 ਫਿਰ ਅਸੀਂ ਭਿੰਨ ਜੇ ਦੀ ਪਤਾ ਕਰਨੀ ਆ ਭਿੰਨ ਪਤਾ ਕਰਨੀ ਸੀ ਰੰਗੇ ਭਾਗ ਦੀ ਤੇ ਰੰਗਾ ਭਾਗ ਕਿੰਨੇ ਆ ਜਿਹੜੇ ਰੰਗੇ ਹੋਏ ਭਾਗ ਹੋ ਗਏ ਜੀ 1 2 ਤੇ 3 ਉਹ ਆ ਜਾਣਾ ਸਾਡਾ ਉੱਪਰ ਜਿਹੜੀ ਫਿਰ ਸਾਡੀ ਭਿੰਨ ਬਣ ਗਈ ਉਹ ਕਿੰਨੀ ਬਣ ਗਈ 3/4 ਫਿਰ ਸਾਡਾ ਜੋ ਰਾਈਟ ਆਨਸਰ ਆ ਜਾਏਗਾ ਬੱਚਿਓ ਆਊਗਾ ਆਪਸ਼ਨ B ਦੇ ਦੇ ਸਵਾਲ ਨੰਬਰ 3 ਉਹ ਸੌਰੀ 9 ਹੇਠਾਂ ਦਿੱਤੀਆਂ ਵਿੱਚੋਂ ਕਿਹੜੇ ਪਿੰਨਾਂ ਦਾ ਜੋੜਾ ਤੁਲ ਪਿੰਨਾਂ ਨੂੰ ਦਰਸਾ ਰਿਹਾ ਹੈ ਬੱਚਿਓ ਤੁਲ ਪਿੰਨਾਂ ਵੀ ਆਪਾਂ ਬੜੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਤੁਲ ਪਿੰਨਾਂ ਦਾ ਮਤਲਬ ਉਹ ਪਿੰਨਾਂ ਜਿਹੜੀਆਂ ਬਰਾਬਰ ਹੋਣ ਜਿਹੜੀਆਂ ਸਮਾਨ ਹੋਣ ਜੇ ਤੁਸੀ ਬਰਾਬਰ ਦੇਖਣਾ ਹੈ ਸਾਨੂੰ ਕੀ ਉਹ ਪਿੰਨ ਨੂੰ ਬਰਾਬਰ ਦੇਖਣ ਦੇ ਲਈ ਆ ਛੋਟੇ ਤੋਂ ਛੋਟਾ ਕਰਨਾ ਪਏਗਾ ਆਹ ਦੇਖਦੇ ਹਾਂ ਬੱਚਿਓ ਪਹਿਲਾਂ ਸਾਡੇ ਕੋਲ ਹੈ অপਸ਼ਨ 'ਚ 1/3 ਤੇ ਨਾਲ ਹੈ ਜੀ 6/9 ਜਿਸ ਤਰ੍ਹਾਂ ਅਗੇ ਆਪਾਂ ਪਹਿਲਾਂ ਕਰਦੇ ਆਉਂਦੇ ਆ ਆਪਾਂ ਕੀ ਕਰਨਾ 6 ਤੇ 9 ਨੂੰ ਕੱਟ ਕੇ ਦੇਖਣਾ 6 ਕਿੱਥੇ ਬੱਚੇ ਆਉਂਦਾ 6 ਤੇ 9 ਕਿਹੜੇ ਪਾੜੇ 'ਚ ਆਉਂਦਾ ਇਹ ਆਉਂਦਾ 3 ਦੇ ਪਾੜੇ ਵਿੱਚ 6 ਕਿੱਥੇ ਆਉਂਦੀ ਹੈ 3 ਦੇ ਪਾੜੇ 'ਚ 3 2 6 ਇਹਨੂੰ ਆਪਾਂ ਜੇ ਕੱਢ ਲਿਆ ਤੇ ਇੱਥੇ ਕੱਟ ਕੇ ਕਿੰਨੇ ਆ ਜਾਣੇ ਬੱਚਿਓ 2 ਤੇ ਇੱਥੇ ਕੱਟ ਕੇ ਕਿੰਨੇ ਆ ਜਾਣੇ 9 ਕਿੱਥੇ ਆਉਂਦੀ ਹੈ 3 3 ਇਹ ਪਹਿਨ ਨਾਲ ਦੀ ਬਣ ਗਈ 2/3 ਇਸੇ ਤਰ੍ਹਾਂ ਆਪ ਇਹਨਾਂ ਨੂੰ ਦਿੱਤੀ ਹੈ 3/4 ਤੇ ਨਾਲ ਇਹਦੇ ਪਿੰਜੜੀ ਦਿੱਤੀ ਗਈ ਹੈ ਉਹ ਹੈਗੀ ਹੈ 5/b ਬੱਚਿਓ a ਦਾ ਦੋਨਾਂ ਨੂੰ ਆਪਾਂ ਫੇਰ ਦੇਖਣਾ ਆ p 5 ਤੇ b ਕਿਹੜੇ ਪਹਾੜੇ ਵਿੱਚ ਆਉਂਦੇ ਆ ਬੱਚਿਓ ਉਹ ਹੈ 5 ਦਾ ਪਹਾੜਾ ਜਿਹਦੇ ਵਿੱਚ 5 ਵੀ ਆਉਂਦੇ ਆ ਤੇ 20 ਵੀ ਪਰ ਹੁਣ ਆਪਾਂ ਇਹ ਦੇਖਣਾ ਵੀ 5 ਦੇ ਪਹਾੜੇ ਵਿੱਚ 5 ਕਿੱਥੇ ਆਉਂਦੇ ਆ ਉਹ ਆਉਂਦੇ ਆ ਬੱਚਿਓ 5 ਦੇ ਪਹਾੜੇ ਵਿੱਚ 5 ਆਉਂਦੇ ਆ 1 ਤੇ ਤੇ ਫਿਰ ਅਸੀਂ ਉਹ ਲਾ ਦੇਣਾ ਇੱਥੇ ਤੇ ਇਹਦੇ ਨਾਲ ਲਾਵਾਂਗੇ ਥੱਲੇ ਸਾਡੇ ਕੋਲ 20 ਆ 5 ਦੇ ਪਹਾੜੇ ਵਿੱਚ 20 ਕਿੱਥੇ ਆਉਂਦੇ ਆ ਉਹ ਆਉਂਦੇ ਆ 5 ਚੋਕਾ 4 ਤੇ ਆਉਂਦੇ ਫਿਰ 4 ਲਾ ਦੇਣਾ ਬੱਚਿਓ ਨੇ 3/4 ਆ 1/4 ਇਹ ਵੀ ਤੋਲ ਭਿੰਨ ਹੈਗੀ ਆ ਆਓ ਦੇਖਦੇ ਆ ਅਗਲੇ ਆਪਸ਼ਨ ਅਗਲੇ ਆਪਸ਼ਨ ਜੇ ਬੱਚਿਓ ਸਾਨੂੰ ਦਿੱਤਾ 10 ਤੇ 20 ਜਦੋਂ ਸਾਡੇ ਕੋਲ ਨਾ ਇਦਾਂ ਜ਼ੀਰੋ ਵਾਲਿਆਂ ਆ ਜਾਣ ਅਸੀਂ ਭਾੜੇ ਨਾਲ ਵੀ ਕੱਟ ਸਕਦੇ ਹਾਂ ਜਾਂ ਇਹਨੂੰ ਇਦਾਂ ਵੀ ਕੱਟ ਸਕਦੇ ਆਂ ਵੀ ਇੱਕ ਜ਼ੀਰੋ ਉੱਪਰੋਂ ਕੱਟਦੀ ਇੱਕ ਜ਼ੀਰੋ ਥੱਲਿਓਂ ਕੱਟਦੀ ਸਾਡੇ ਕੋਲ ਕੀ ਬਚ ਗਿਆ 1/2 ਇਹ ਸੌਖਾ ਢੰਗਾ ਇਦਾਂ ਵੀ ਤੁਸੀਂ ਜਦੋਂ ਉੱਪਰ ਥੱਲੇ ਜ਼ੀਰੋਆਂ ਹੋਣ ਤਾਂ ਤੁਸੀਂ ਭਾੜਾ ਪੜਨ ਨੂੰ ਰਹਿਣ ਦੇਣਾ ਪਹਿਲਾਂ ਜ਼ੀਰੋਆਂ ਕੱਟਣੀਆਂ ਹੁਣ ਆਓ ਦੇਖਦੇ ਆਂ ਅਗਲੀ ਪਿੰਨ ਅੱਗੇ ਸਾਡੇ ਕੋਲ 3/5 ਤੇ 6/10 ਬੱਚੇ ਹੁਣ ਇਦਾਂ ਹੀ ਆਪਾਂ ਫੇਰ ਦੇਖਣਾ ਵੀ ਉਹ ਕਿਹੜਾ ਭਾੜਾ ਜਿੱਥੇ 6 ਵੀ ਆਉਂਦੇ ਆ ਤੇ 10 ਵੀ ਆਉਂਦੇ ਆ ਉਹ ਪੜਾਇਆ ਧੂਣੀ ਦਾ ਫਿਰ ਆਪਾਂ ਦੇਖਣਾ ਧੂਣੀ ਦੇ ਪਹਾੜੇ ਵਿੱਚ 6 ਕਿੱਥੇ ਆਉਂਦੇ ਆ 6 ਕਿੱਥੇ ਆਉਂਦੇ ਬੱਚਿਓ ਉਹ ਆਉਂਦੇ ਆ 2 3 6 ਇਹ ਪਤ ਤਿੰਨ ਲਾਤਾ ਫਿਰ ਇਸੇ ਤਰ੍ਹਾਂ ਥੱਲੇ ਜਿਹੜਾ ਹੈ 10 ਕੱਟਣਾ ਹੈ 2 ਦੇ ਪਹਾੜੇ ਵਿੱਚ 10 ਕਿੱਥੇ ਆਉਂਦੇ ਆ 2 5 10 ਇਹ ਕੱਟ ਕੇ ਕਿੰਨਾ ਆ ਜਾਣਾ ਸਾਡੇ ਕੋ 3/5 ਬੱਚਿਓ ਫਿਰ ਇਹ ਦੋਨੋਂ ਭਿੰਨਾਂ ਜਿਹੜੀ 3/5 ਤੇ 3/5 ਇ ਬਰਾਬਰ ਹੋ ਗਈਆਂ ਹੁਣ ਅਸੀਂ ਇਹਨਾਂ ਨੂੰ ਕੀ ਕਹਾਂਗੇ ਏ ਤੁਲ ਪਿੰਨਾ ਹਨ ਫਿਰ ਸਾਡਾ ਰਾਈਟ ਆਨਸਰ ਕੀ ਹੋ ਗਿਆ অপਸ਼ਨ ਡੀ ਆਓ ਦੇਖਦੇ ਹਾਂ ਅਗਲਾ ਸਵਾਲ ਸਵਾਲ ਨੰਬਰ 10 ਹੇਠਾਂ ਦਿੱਤੇ ਗ੍ਰਿਡ ਵਿੱਚ ਰੰਗਦਾਰ ਭਾਗ ਕਿਹੜੀ ਭਿੰਨ ਅਤੇ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ਬੱਚੋ ਆਪਾਂ ਸਭ ਤੋਂ ਪਹਿਲਾਂ ਇਹਦੀ ਪਿੰਨ ਬਣਾਉਣੀ ਆ ਕਿਹਦੀ ਪਿੰਨ ਬਣਾਉਣੀ ਆ ਰੰਗਦਾਰ ਭਾਗ ਦੀ ਜਦੋਂ ਰੰਗਦਾਰ ਭਾਗ ਦੀ ਪਿੰਨ ਬਣਾਉਣੀ ਤਾਂ ਮੈਂ ਦੱਸਿਆ ਸੀ ਜਦੋਂ ਵੀ ਪਿੰਨ ਬਣਾਉਣੀ ਪਹਿਲਾਂ ਸਭ ਨੂੰ ਹੇਠਾਂ ਕੀ ਲਿਖ ਲੈਣਾ ਕੁੱਲ ਕੁੱਲ ਚੀਜ਼ਾਂ ਜੋ ਵੀ ਦਿੱਤੀਆਂ ਇੱਥੇ ਸਾਨੂੰ ਡੱਬੇ ਦਿੱਤੇ ਆ ਅਸੀਂ ਕੁੱਲ ਡੱਬੇ ਗਿਣਾਂਗੇ 1 2 3 4 5 6 7 8 9 10 ਇਹਦਾ ਮਤਲਬ ਕੁੱਲ ਸਾਡਾ ਕਿੰਨਾ ਆ ਗਿਆ 10 ਇਕੋਲ ਨੂੰ ਆਪਾਂ ਲਿਖਦੇ ਆਂ ਪਿੰਨ ਦੇ ਹੇਠਾਂ ਫਿਰ ਉਸ ਤੋਂ ਬਾਅਦ ਜੋ ਪੁੱਛਿਆ ਗਿਆ ਕਿਹੜੀ ਪਿੰਨ ਪੁੱਛੀ ਸਾਨੂੰ ਰੰਗਦਾਰ ਪਿੰਨ ਜਾਂ ਰੰਗਦਾਰ ਭਾਗ ਉਹ ਡੱਬੇ ਕਿੰਨੇ ਆ ਰੰਗਦਾਰ ਭਾਗ ਸਾਡੇ ਕੋ ਉਹ ਹੈਗੇ ਜੀ 1 ਤੇ 2 ਇਹ ਬੱਚਿਓ ਫਿਰ ਆਪਾਂ ਕੀ ਲਿਖ ਦੇਣਾ ਇਹਨੂੰ 2/ 10 ਇਹ ਸਾਡੀ ਪਿੰਨ ਬਣ ਗਈ ਸਾਡੇ ਕੋ ਦੋ ਚੀਜ਼ਾਂ ਪੁੱਛੀਆਂ ਇੱਕ ਤਾਂ ਪਿੰਨ ਪੁੱਛੀ ਸੀ ਉਹ ਤਾਂ ਅਸੀਂ ਲਈ ਬਣਾ ਫਿਰ ਤਾਂ ਪੁੱਛਿਆ ਸੀ ਦਸ਼ਮਲਵ ਸੰਖਿਆ ਬੱਚਿਓ ਇਹ ਭਿੰਨ ਦੀ ਆਪਾਂ ਹੁਣ ਦਸ਼ਮਲਵ ਸੰਖਿਆ ਵੀ ਬਣਾਉਣੀ ਆ ਦਸ਼ਮਲਵ ਸੰਖਿਆ ਬਣਾਉਣ ਦਾ ਮੈਂ ਤੁਹਾਨੂੰ ਢੰਗ ਦੱਸਿਆ ਸੀ ਵੀ ਸਭ ਤੋਂ ਪਹਿਲਾਂ ਅਸੀਂ ਜਿਹੜੀ ਸੰਖਿਆ ਉਹ ਲਿਖ ਲੈਣੀ ਆ ਫਿਰ ਉਹਦੇ ਹੇਠਾਂ ਦੇਖਣਾ ਵੀ ਕਿੰਨੀਆਂ ਜ਼ੀਰੋਆਂ ਬੱਚੇ ਸਾਡੇ ਕੋਲ ਥੱਲੇ ਹੈਗੀ ਇੱਕੋ ਹੀ ਜ਼ੀਰੋ ਫਿਰ ਅਸੀਂ ਕੀ ਕਰਨਾ ਸਮਝ ਲਓ ਆਪਾਂ ਖੜੇ ਆ ਇੱਧਰ ਦੋ ਦੇ ਪਿੱਛੇ ਅਸੀਂ ਜਿੰਨੀਆਂ ਜ਼ੀਰੋਆਂ ਉਹਨੇ ਜੰਪ ਮਾਰ ਕੇ ਅੱਗੇ ਆ ਜਾਣਾ ਹੁਣ ਜੀ ਜ਼ੀਰੋ ਇੱਕ ਆ ਇੱਥੇ ਅਸੀਂ ਖੜੇ ਆ ਤੇ ਜੰਪ ਮਾਰ ਕੇ ਅਸੀਂ ਕਿੱਥੇ ਆ ਜਾਾਂਗੇ ਇਥੇ ਜਿੱਥੇ ਅਸੀਂ ਜੰਪ ਮਾਰ ਕੇ ਆ ਗਏ ਉੱਥੇ ਸਾਡਾ ਕੀ ਆ ਜਾਣਾ ਦਸ਼ਮਲਵ ਫਿਰ ਸਾਡੀ ਜਿਹੜੀ ਜਦੋਂ ਦਸ਼ਮਲਵ ਅਸੀਂ ਲਾਉਂਦੇ ਆ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਅੱਗੇ ਜ਼ੀਰੋ ਆਪਣੇ ਕੋਲੋਂ ਲਾ ਲੈਣੀ ਹੈ ਬੱਚਿਓ ਫਿਰ ਜਿਹੜਾ ਰਾਈਟ ਆਨਸਰ ਆ ਰਿਹਾ ਉਹ ਸਾਡੇ ਕੋਲ ਭਿੰਨ ਆ ਰਹੀ ਹੈ 2/10 ਤੇ ਉਹਦਾ ਦਸ਼ਮਲਵ ਰੂਪ ਆ ਰਿਹਾ ਹੈ 0.2 ਆਓ ਦੇਖਦੇ ਆਪਸ਼ਨਸ ਬੱਚਿਓ ਇਹ ਕਿਹੜੀ ਆਪਸ਼ਨ ਆ ਇਹ ਤਾਂ ਸਾਡੇ ਕੋਲ ਪਹਿਲੀ ਆਪਸ਼ਨ ਆ ਗਈ ਆ ਸੋ ਸਾਡਾ ਰਾਈਟ ਆਨਸਰ ਕੀ ਹੋਏਗਾ ਆਪਸ਼ਨ ਏ ਆਉਂਦੇ ਹੀ ਦੇ ਆ ਸਵਾਲ ਨੰਬਰ 11 ਖਾਲੀ ਖਾਨੇ ਵਿੱਚ ਕਿਹੜੀ ਸੰਖਿਆ ਭਰਨ ਤੇ ਏ 0.7 ਦੇ ਬਰਾਬਰ ਹੋਵੇਗਾ ਬੱਚਿਓ ਇੱਥੇ ਖਾਲੀ ਡੱਬੇ ਵਿੱਚ ਆਪਾਂ ਇੱਕ ਅੰਕ ਭਰਨਾ ਹੈ ਥੱਲੇ ਦਿੱਤੀਆਂ ਆਪਸ਼ਨ ਦੇ ਵਿੱਚੋਂ ਬੱਚਿਓ ਹੁਣ ਜਦੋਂ ਸਾਨੂੰ ਪਤਾ ਆ ਵੀ ਇਸ ਸਪੈਨ ਨੂੰ ਦਸ਼ਮਲਵ ਬਣਾਉਣ ਤੇ ਸਾਡੇ ਕੋਲ ਆ ਰਿਹਾ 0.7 ਇਹਦਾ ਮਤਲਬ ਫਿਰ ਉੱਪਰ ਵੀ ਕੀ ਹੋਏਗਾ 7 ਹੀ ਹੋਏਗਾ ਸੋ ਸਾਡਾ ਰਾਈਟ ਆਨਸਰ ਫਿਰ ਕੀ ਹੋ ਗਿਆ অপਸ਼ਨ ਐਡਾ ਆ ਦੇਖਦੇ ਆਂ ਸਵਾਲ ਨੰਬਰ 12 ₹17 50 ਪੈਸੇ ਨੂੰ ਲਿਖਣ ਦਾ ਮਾਨਕ ਢੰਗ ਕਿਹੜਾ ਹੈ 70 ਅਸੀਂ ਲਿਖਨੇ ਆਂ ₹17 ਤੇ 50 ਪੈਸੇ অপਸ਼ਨ ਦਿੱਤੀਆਂ ਗਈਆਂ ਏ ਇਹਨਾਂ ਵਿੱਚੋਂ ਜਿਹੜਾ ਸਹੀ ਆ ਅਸੀਂ ਉਹ ਲਿਖਣਾ ਅੱਛੇ ਜਦੋਂ ਵੀ ਆਪਾਂ ਰੁਪਈਆ ਤੇ ਪੈਸਿਆਂ ਨੂੰ ਲਿਖਣਾ ਆ ਅਸੀਂ ਰੁਪਈਆ ਤੇ ਪੈਸਿਆਂ ਨੂੰ ਬਿੰਦੀ ਪਾ ਕੇ ਵੱਖ ਕਰਕੇ ਲਿਖਣਾ ਆ ਹੁਣ ਜੇ ਆਪਾਂ ਇਹਨਾਂ ਆਪਸ਼ਨ 'ਚ ਦੇਖੀਏ ਬਿੰਦੀ ਪਾ ਕੇ ਨਹੀਂ ਲਿਖਿਆ ਗਿਆ ਇਹ ਵੀ ਗਲਤ ਆ ਹੁਣ ਇੱਥੇ ਸਾਨੂੰ ਦਿੱਤਾ ਹੈ 17.50 ਮਤਲਬ 17 ਰੁਪਏ 50 ਪੈਸੇ ਇਹ ਹੁਣ ਤੁਸੀਂ ਕਨਫਿਊਜ਼ ਹੋਣਾ ਇੱਥੇ ਵੀ ਸਾਨੂੰ ਦਸ਼ਮਲਵ ਦਿੱਤਾ ਪਰ ਅਸੀਂ ਜੇ ਦੇਖੀਏ ਬਿੰਦੀ ਜਾਂ ਦਸ਼ਮਲ ਤੋਂ ਪਹਿਲਾਂ ਕੀ ਆਇਆ ਸਾਡੇ ਕੋਲ 1 ਇਹ ਫਿਰ ਦੱਸਦਾ ਪਿਆ ਵੀ ਇਹ ਆ 1 ਰੁਪਇਆ 750 ਪੈਸੇ ਠੀਕ ਆ ਪਰ ਅਸੀਂ ਕੀ ਕੰਨੇ ਕਰਨੇ ਸੀ 17 ਰੁਪਏ ਸੋ ਸਾਡਾ ਰਾਈਟ ਆਨਸਰ ਕੀ ਹੋਏਗਾ ਇਹ ਵਾਲਾ ਆਪਸ਼ਨ ਬੀ ਇਹ ਤੁਸੀਂ ਯਾਦ ਰੱਖਣਾ ਵੀ ਜਦੋਂ ਰੁਪਏ ਤੇ ਪੈਸਿਆਂ ਨੂੰ ਅਸੀਂ ਲਿਖਣਾ ਅਸੀਂ ਰੁਪਇਆ ਤੇ ਪੈਸਿਆਂ ਨੂੰ ਬਿੰਦੀ ਨਾਲ ਬੱਕ ਕਰਕੇ ਲਿਖਦੇ ਹਾਂ ਅਤੇ ਦੇਖਦੇ ਹਾਂ ਸਵਾਲ ਨੰਬਰ 13 ਜੇਕਰ ਇੱਕ ਸਾਈਕਲ ਦਾ ਮੁੱਲ 2600 ਹੈ ਤਾਂ 8 ਦਿਖਾਏ ਸਾਈਕਲਾਂ ਦਾ ਮੁੱਲ ਪਤਾ ਕਰੋ ਬੱਚਿਓ ਇੱਕ ਸਾਈਕਲ ਜਿਹੜਾ 2600 ਰੁਪਏ ਦਾ ਆਉਂਦਾ ਆ ਤੇ ਆਪਾਂ ਜਿੰਨੇ ਆ ਸਾਈਕਲ ਦਿੱਤੇ ਗਏ ਸਾਰਿਆਂ ਦਾ ਮੁੱਲ ਲੱਭਣਾ ਆਪਾਂ ਪਹਿਲਾਂ ਗਿੰਦੇ ਹਾਂ ਕਿੰਨੇ ਸਾਈਕਲ ਆ 1 2 3 4 5 ਬੱਚਿਓ 5 ਸਾਈਕਲਾਂ ਦਾ ਅਸੀਂ ਜਿਹੜਾ ਮੁੱਲ ਕੜਨਾ ਇਹੋ ਜਿਹੇ ਸਵਾਲ ਜਦੋਂ ਵੀ ਤੁਸੀਂ ਕਰਨੇ ਆ ਜਦੋਂ ਇੱਕ ਚੀਜ਼ ਦਾ ਮੁੱਲ ਦਿੱਤਾ ਹੁੰਦਾ ਤੇ ਜਿਆਦਾ ਚੀਜ਼ਾਂ ਦਾ ਮੁੱਲ ਕੱਢਣਾ ਹੁੰਦਾ ਅਸੀਂ ਕੀ ਕਰਦੇ ਹੁੰਦੇ ਆ ਜਿੰਨੀਆਂ ਚੀਜ਼ਾਂ ਦਿੱਤੀਆਂ ਹੋਣ ਉਹਨੂੰ ਤੇ ਜਿੰਨੀ ਕੀਮਤ ਇੱਕ ਚੀਜ਼ ਦੀ ਦਿੱਤੀ ਹੋਵੇ ਉਹਨਾਂ ਦੋਨਾਂ ਨੂੰ ਆਪਾਂ ਕੀ ਕਰ ਦੇਣਾ ਹੈ ਗੁਣਾ ਫਿਰ ਆਪਾਂ ਹੁਣ ਕੀ ਕਰਾਂਗੇ 2600 ਨੂੰ 5 ਦੇ ਨਾਲ ਗੁਣਾ ਆਓ ਕਰਦੇ ਆ ਗੁਣਾ ਆਪਾਂ ਅੱਛਾ ਸਭ ਤੋਂ ਪਹਿਲਾਂ 5 ਜਦੋਂ ਜ਼ੀਰੋ ਨਾਲ ਗੁਣਾ ਕੀਤੀ ਤੇ ਅਨੁਸਾਰਿਆਂ ਨੂੰ ਪਤਾ ਇਹ ਜ਼ੀਰੋ ਹੋ ਜਾਣਾ ਹੈ ਫੇ 5 ਨੂੰ 0 ਨਾਲ ਗੁਣਾ ਕੀਤੀ 0 ਆ ਜਾਣਾ ਫੇ 5 ਦਾ ਪਹਾੜਾ ਹੁਣ ਕਿੱਥੇ ਤੱਕ ਪੜਨਾ 6 ਤੱਕ 5 6 ਕਾ 3 3 ਦੀ ਕਿ ਲੱਗੇਗੀ ਬੱਚਿਓ 0 ਹਾਸਲ ਸਾਡੇ ਕੋ ਕਿੰਨੇ ਬਚ ਗਏ 3 ਹੁਣ ਅਸੀਂ ਕੀ ਕਰਨਾ ਫੇ 5 ਦਾ ਪਹਾੜਾ ਪੜਨਾ 2 ਤੱਕ 5 2 10 10 ਦੇ ਵਿੱਚ ਆਪਾਂ ਜੋੜਾਂਗੇ ਜੋ ਹਾਸਲਾ 10 3 13 ਇਹ ਬੱਚਿਓ ਬਣ ਗਿਆ ਸਾਡਾ 13000 ਸੋ ਪੰਜਾ ਸਾਈਕਲਾਂ ਦਾ ਮੁੱਲ ਹੋਏਗਾ 13000 ਆਪ ਦੇਖਦੇ ਆ ਆਪਸ਼ਨਸ ਔਰ ਸਾਡਾ ਰਾਈਟ ਆਨਸਰ ਆ ਬੱਚਿਓ ਆਪਸ਼ਨ ਬੀ ਇਹ ਸਾਨੂੰ ਦਿੱਤਾ ਹੋਇਆ 13000 ਸਵਾਲ ਨੰਬਰ 14 ਗੁਰਲੀਨ ਨੇ ਦੁਕਾਨਦਾਰ ਤੋਂ ហេਠਾ ਦਿੱਤਾ ਸਮਾਨ ਖਰੀਦਿਆ ਅਤੇ ਦੁਕਾਨਦਾਰ ਨੂੰ ਦਿਖਾਇਆ ਗਿਆ ਨੋਟ ਦਿੱਤਾ ਦੁਕਾਨਦਾਰ ਗੁਰਲੀਨ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਬੱਚਿਓ ਗਰਲੀਨ ਕੋਲ ਸੀਗੇ 2000 ਰੁਪਏ ਇਹ ਨੋਟ ਜਿਹੜਾ ਉਸਨੇ ਦੁਕਾਨਦਾਰ ਨੂੰ ਦਿੱਤਾ ਉਹਨੇ ਖਰੀਦਿਆ ਕੀ ਘਿਓ ਖਰੀਦਿਆ ਆ ਤੇਲ ਖਰੀਦਿਆ ਔਰ ਕੋਕ ਖਰੀਦਿਆ ਬੱਚੋ ਇੰਨੇ ਪੈਸੇ ਕਢਾਉਣੇ ਆ ਤਾਂ ਬਾਕੀ ਕਿੰਨੇ ਬਚਣਗੇ ਹੁਣ ਆਪਾਂ ਕੀ ਕਰਾਂਗੇ ਜਿੰਨੇ ਦੀਆਂ ਅਸੀਂ ਚੀਜ਼ਾਂ ਲਈਆਂ ਪਹਿਲਾਂ ਇਹਨਾਂ ਦਾ ਜੋੜ ਕਰ ਲਵਾਂਗੇ ਫਿਰ ਕੀ ਕਰਾਂਗੇ ਜਿੰਨੇ ਪੈਸੇ ਦਿੱਤੇ ਆ ਉਹਦੇ ਵਿੱਚੋਂ ਉਹ ਜੋੜ ਘਟਾ ਦੇਵਾਂਗੇ ਆਓ ਇੱਥੇ ਹੀ ਆਪਾਂ ਜੋੜ ਕਰ ਲੈਂਦੇ ਆਂ ਅੱਛੇ ਜੇ ਤੁਹਾਨੂੰ ਜੋੜ ਕਰਨਾ ਇਹ ਵਾਲੀ ਲਾਈਨ 'ਚ ਸਾਡੇ ਕੋ ਆ ਰਿਹਾ ਸਭ ਤੋਂ ਪਹਿਲਾਂ 5 ਫਿਰ ਅਸੀਂ ਜੋੜਾਂਗੇ 4 3 7 7 9 16 16 ਦਾ ਬਚੇ ਲੱਗ ਗਿਆ 6 ਅੰਸਰ ਆ ਗਿਆ ਸਾਡੇ ਕੋ 1 ਅਨੇ ਲਾਈਨ ਜਦੋਂ ਆਪਾਂ ਦੇਖਾਂਗੇ ਇਹਦੇ ਵਿੱਚ ਹੈਗਾ 1 6 7 7 4 11 ਅੱਛਾ ਸੌਦਾ ਲਿਆ ਉਹਨੇ 1165 ਰੁਪਏ ਦਾ ਤੇ ਪੈਸੇ ਦਿੱਤੇ ਉਹਨੇ ਦੁਕਾਨਦਾਰ ਨੂੰ 2000 ਫਿਰ 2000 ਵਿੱਚੋਂ ਅਸੀਂ 1165 ਰੁਪਏ ਮਾਈਨਸ ਕਰ ਦੇਣੇ ਆ ਅੱਛਾ ਹੁਣ ਆਪਾਂ ਸਵਾਲ ਇਹ ਕਰਨਾ ਹੈ ਜਦੋਂ ਤੁਹਾਨੂੰ ਪਤਾ ਵੀ ਉੱਪਰ ਅੰਕ ਜਿਹੜਾ ਛੋਟਾ ਹੋਵੇ ਥੱਲੇ ਵੱਡੇ ਹੋਵੇ ਤਾਂ ਫਿਰ ਆਪਾਂ ਨਾਲ ਦੇ ਤੋਂ ਹਾਸਲ ਲਈਦਾ ਪਰ ਜਿਹੜਾ ਨਾਲ ਉਹ ਵੀ ਜ਼ੀਰੋ ਆ ਫਿਰ ਆਪਾਂ ਉਤੋਂ ਅੱਗੇ ਗਏ ਉੱਥੇ ਵੀ ਜ਼ੀਰੋ ਆ ਫਿਰ ਹਾਸਲ ਕਿੱਥੋਂ ਲਾਵਾਂਗੇ ਆਪਾਂ ਦੋ ਤੋਂ ਅੱਛਾ ਜੀ ਜਦੋਂ ਦੋ ਤੋਂ ਹਾਸਲ ਲਿਆ ਇੱਥੇ ਫੇਰ ਸਾਡੇ ਕੋਲ ਕੀ ਰਹਿ ਗਿਆ ਬਾਕੀ ਇੱਥੇ ਬਾਕੀ ਰਹਿ ਗਿਆ ਆਪਣੇ ਕੋਲ ਹੁਣ ਇੱਕ ਇਹ ਯਾਦ ਰੱਖਣਾ ਇੱਥੇ ਇੱਕ ਬਚ ਗਿਆ ਹੁਣ ਬੱਚੇ ਇੱਥੇ ਕਿੰਨੇ ਬਣ ਗਏ ਹਾਸਲ ਲੈਣ ਤੇ ਇੱਥੇ ਸਾਡੇ ਕੋਲ ਬਣ ਗਏ 10 ਪਰ ਇਹ ਹਾਸਲ ਨੇ ਅੱਗੇ ਵੀ ਜਾਣਾ ਫੇਰ ਜਦੋਂ ਹਾਸਲ ਲੱਗੇ ਜਾਏਗਾ ਇੱਥੇ ਸਾਡੇ ਕੋਲ ਕਿੰਨੇ ਰਹਿ ਗਏ ਫੇਰ ਇੱਥੇ ਸਾਡੇ ਕੋਲ ਬੱਚੇ ਰਹਿ ਜਾਣੇ ਆ 9 ਇਸੇ ਤਰ੍ਹਾਂ ਜਦੋਂ ਹਾਂਸਲ ਇੱਥੇ ਆਇਆ ਫਿਰ ਇੱਥੇ ਕਿੰਨੇ ਬਣ ਗਏ ਸਾਡੇ ਕੋਲ 10 ਇਧਰ ਸਾਂ ਜੋ ਹਾਂਸਲ ਫਿਰ ਅੱਗੇ ਜਾਣਾ ਇੱਥੇ ਫਿਰ ਕਿੰਨੇ ਰਹਿ ਗਏ ਇੱਥੇ ਰਹਿ ਗਏ 9 ਬੱਚੇ ਇੱਥੇ ਆ ਕੇ ਹਾਂਸਲ ਸਾਡਾ ਜਿਹੜਾ ਉਹ ਫਿਰ ਇੱਥੇ ਕਿੰਨਾ ਬਣਾਏਗਾ ਉਹ ਬਣਾਏਗਾ 10 ਹੁਣ ਇਹਦਾ ਮਤਲਬ ਅਸੀਂ ਹੁਣ ਜਿਹੜਾ ਘਟਾਓ ਕਰਨੀ ਆ ਉਹ ਅਸੀਂ ਕਰਨੀ 80 ਚੋਂ ਆ 5 ਘਟਾਉਣੇ ਆ 10 ਚੋਂ 5 ਕੱਢ ਕੇ 5 ਬਚ ਗਏ ਸਾਡੇ ਕੋਲ ਫਿਰ ਸਾਡੇ ਕੋਲ ਇੱਥੇ 9 ਆ 9ਾਂ ਵਿੱਚੋਂ ਕਿੰਨੇ ਕੱਢਨੇ ਆ 6 ਫਿਰ ਕਿੰਨੇ ਬਚ ਗਏ ਸਾਡੇ ਕੋਲ 6ਾਂ ਚੋਂ 9 ਕੱਢੇ 3 ਫਿਰ ਸਾਡੇ ਕੋਲ 9 9ਾਂ ਵਿੱਚੋਂ ਹੁਣ ਅਸੀਂ ਕੀ ਕਰਨਾ 1 ਬਾਕੀ ਕਿੰਨੇ ਬਚ ਗਏ 8 ਹੁਣ ਲਾਸਟ ਵਿੱਚ ਸਾਡੇ ਕੋਲ ਬਚਿਆ 1 1 ਚੋਂ 1 ਕੰਡਿਆ 0 ਉਹ ਆਪਾ ਲਾਭ ਹੀ ਦੇ ਦਿਆ ਤੇ ਨਾਲ ਉਹ ਤਾਂ ਵੀ ਉਹ ਕੋਈ ਚੱਕਰ ਨਹੀਂ ਇਹਦਾ ਮਤਲਬ ਜਦੋਂ ਉਹ 2000 ਰੁਪਏ ਦੇਵੇਗਾ ਤਾਂ 1165 ਰੁਪਏ ਕੱਟਣ ਤੋਂ ਬਾਅਦ ਉਸ ਨੂੰ ਕਿੰਨੇ ਰੁਪਏ ਵਾਪਸ ਮਿਲਣਗੇ 835 ਰੁਪਏ ਉਹ ਉਸ ਨੂੰ ਦਿੱਤਾ ਹੋਇਆ ਹੈ ਵਾ অপਸ਼ਨ ਬੀ ਸੋ ਸਾਡਾ ਰਾਈਟ ਆਨਸਰ ਹੋ ਗਿਆ অপਸ਼ਨ ਬੀ ਆਉ ਦੇਖਦੇ ਹਾਂ ਸਵਾਲ ਨੰਬਰ 15 ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਹੜੀ ਆਕ੍ਰਿਤੀ ਦਾ ਪਰਿਮਾਪ 6 ਸੈਂਟੀਮੀਟਰ ਹੈ ਬੱਚਿਓ ਹੁਣ ਆ ਸਾਨੂੰ 4 ਜਿਹੜੇ ਜੇ ਆਕ੍ਰਿਤੀਆਂ ਦਿੱਤੀਆਂ ਗਈਆਂ ਇਹਨਾਂ ਵਿੱਚੋਂ ਆਪਣਾ ਉਹੀ ਉੱਤਰ ਹੋਏਗਾ ਜਿਹਦਾ ਜਿਹੜਾ ਪਰਿਮਾਪ ਆ ਉਹ ਕਿੰਨਾ ਹੋਏਗਾ 6 ਸੈਂਟੀਮੀਟਰ ਸਭ ਨੂੰ ਪਹਿਲਾਂ ਬੱਚਿਓ ਤੁਹਾਨੂੰ ਪਤਾ ਹੋਣਾ ਚਾਹੀਦਾ ਪਰਿਮਾਪ ਕੀ ਹੁੰਦਾ ਹੈ ਬੱਚਿਓ ਪਰਿਮਾਪ ਦਾ ਮਤਲਬ ਹੁੰਦਾ ਦਿੱਤੀਆਂ ਹੋਈਆਂ ਜੋ ਆਕ੍ਰਿਤੀਆਂ ਉਹਨਾਂ ਦੀਆਂ ਸਾਰੀਆਂ ਸਾਈਡਾਂ ਜਾਂ ਭੁਜਾਵਾਂ ਦਾ ਜੋੜ ਜਿਸ ਤਰ੍ਹਾਂ ਇੱਥੇ ਹੁਣ ਜੇ ਆਪਾਂ ਇਹਨੂੰ ਦੇਖਣਾ ਹੋਵੇ ਇੱਥੋਂ ਅਸੀਂ ਇੱਥੋਂ ਲੈ ਕੇ ਇਹ ਕਿੰਨਾ ਆ ਇਹ ਕਿੰਨਾ ਇਹ ਕਿੰਨਾ ਇਹ ਮਤਲਬ ਸਾਰੀਆਂ ਭੁਜਾਵਾਂ ਨੂੰ ਜੋੜਾਂਗੇ ਤਾਂ ਉਹ ਕੀ ਆਜੂਗਾ ਪਰਿਮਾਪ ਹੁਣ ਆਪਾਂ ਦੇਖਣਾ ਹੈ ਵੀ ਜਿਹਦਾ 6 ਸੈਂਟੀਮੀਟਰ ਪਰਿਮਾਪ ਹੋਏਗਾ ਉਹ ਸਾਡਾ ਉੱਤਰ ਹੋਏਗਾ ਆਓ ਸਭ ਨੂੰ ਪਹਿਲਾਂ ਦੇਖਦੇ ਹਾਂ ਆਪਸ਼ਨ ਪਹਿਲੀ ਤਿਕੋਣ ਇਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਇੱਥੋਂ ਲੈ ਕੇ ਇੱਥੇ ਤੱਕ ਇਹ ਕਿੰਨਾ ਆ 2 ਸੈਂਟੀਮੀਟਰ ਇਹ ਵਾਲੀ ਪੂਜਾਈ ਵੀ ਕਿੰਨੀ ਹੈ 2 ਸੈਂਟੀਮੀਟਰ ਇੱਥੋਂ ਇੱਥੇ ਤੱਕ ਵੀ ਕੀ ਹੈ 2 ਸੈਂਟੀਮੀਟਰ ਬੱਚੇ ਤਕੋਂ ਦੀਆਂ ਸਾਰੀਆਂ ਪੁਜਾਵਾਂ ਕਿੰਨੀਆਂ ਆਇਆ 2 2 ਸੈਂਟੀਮੀਟਰ ਜਦੋਂ ਅਸੀਂ ਇਹਨੂੰ ਹੁਣ ਜੋੜਾਂਗੇ ਤੇ ਇਹ ਸਾਡੇ ਕੋਲ ਕਿੰਨਾ ਆ ਰਿਹਾ ਆਓ ਦੇਖਦੇ ਹਾਂ 2 ਨੂੰ ਤਿੰਨ ਵਾਰੀ ਜੋੜਿਆ ਸਾਡੇ ਕੋਲ ਕਿੰਨਾ ਆ ਗਿਆ 6 ਆਨਸਰ ਤਾਂ ਸਾਨੂੰ ਮਿਲ ਗਿਆ ਪਰ ਆਪਾਂ ਤੁਹਾਨੂੰ ਸਮਝਾਉਣ ਲਈ ਅਗਲੇ ਵੀ ਕਰਦੇ ਹਾਂ ਸਵਾਲ ਬੱਚਿਓ ਇਹ ਹੈ ਹੁੰਦਾ ਆ ਆਇਤ ਆਇਤ ਵਿੱਚ ਕੀ ਹੁੰਦਾ ਆ ਜਿਹੜੀਆਂ ਆਮੋ ਸਾਹਮਣੇ ਭੁਜਾਵਾਂ ਹੁੰਦੀਆਂ ਤੇ ਇਹ ਵਾਲੀ ਪੁਜਾ ਤੇ ਇਹ ਵਾਲੀ ਪੁਜਾ ਜਿਹੜੇ ਆਮੋ ਸਾਹਮਣੇ ਆ ਇਹ ਬਰਾਬਰ ਹੁੰਦੇ ਜੇ ਇਹ 1 ਸੈਂਟੀਮੀਟਰ ਆ ਤਾਂ ਇਹ ਵੀ 1 ਸੈਂਟੀਮੀਟਰ ਹੋਏਗਾ ਜੇ ਇਹ 3 ਸੈਂਟੀਮੀਟਰ ਆ ਤਾਂ ਇਹ ਸਾਹਮਣੇ ਵਾਲੀ ਵੀ 3 ਸੈਂਟੀਮੀਟਰ ਹੋਏਗੀ ਜੇ ਆਪਾਂ ਇਹਨੂੰ ਹੁਣ ਮੂੰਹ ਜਵਾਨੀ ਜੋੜ ਲੈਂਦੇ ਆ ਦੇਖਦੇ ਕਿੰਨੇ ਬੰਦੇ 3 ਤੇ 1 4 4 ਤੇ 3 7 7 ਤੇ 1 8 ਫਿਰ ਬੱਚੋ ਇਹਦਾ ਪਰਿਮਾਪ ਕਿੰਨਾ ਆ ਰਿਹਾ 8 ਇਸੇ ਤਰ੍ਹਾਂ ਅਗਲੀ ਆਪਾਂ ਦੇਖਦੇ ਹਾਂ ਬੱਚਿਓ ਇਹ ਹੈ ਵਰਗ ਖਿਆਲ ਕਰਨਾ ਇਹ ਵਰਗ ਆ ਵਰਗ ਦੀਆਂ ਜਿਹੜੀਆਂ ਸਾਰੀਆਂ ਭੁਜਾ ਉਹ ਬਰਾਬਰ ਹੁੰਦੀਆਂ ਜੇ 2 ਸੈਂਟੀਮੀਟਰ ਇਹ ਵੀ 2 ਸੈਂਟੀਮੀਟਰ ਫਿਰ ਇਹ ਵੀ 2 ਹੋ ਜਾਏਗੀ ਤੇ ਇਹ ਵੀ 2 ਹੋ ਜਾਏਗੀ ਇਹਨੂੰ ਵੀ ਆਪਾਂ ਜਵਾਨੀ ਜੋੜ ਕੇ ਦੇਖਦੇ ਹਾਂ 2 4 6 ਤੇ 8 ਇਹ ਸਾਡੇ ਕੋਲ ਕਿੰਨਾ ਆ ਗਿਆ ਪਰਿਮਾ ਫਿਰ 8 ਸੈਂਟੀਮੀਟਰ ਬੱਚੋ ਠੀਕ ਹੈ ਅੱਗੇ ਆਪਾਂ ਚੱਲਦੇ ਹਾਂ ਫੇਰ ਸਾਡੇ ਕੋਲ ਕੀ ਦਿੱਤਾ ਆਇਤ ਇਹਦਾ ਵੀ ਜਦੋਂ ਆਪਾਂ ਇਵੇਂ ਹੀ ਕਰਾਂਗੇ ਆਮੋ ਸਾਹਮਣੇ ਪੁਝਾਂਵਾਂ ਬਰਾਬਰ ਹੁੰਦੀਆਂ ਇਹ ਸਾਡੇ ਕੋਲ ਕਿੰਨਾ ਆ ਜਾਏਗਾ 3 ਤਾਂ 2 5 ਤਾਂ ਤੇ 9 2 10 ਇਹ ਵੀ ਸਾਡੇ ਕੋਲ ਕੀ ਆ ਜਾਣਾ 10 ਔਰ ਇੱਥੇ ਸਾਡਾ ਵੀ ਆਇਆ ਸੀਗਾ 8 ਹੁਣ ਬੱਚਿਓ ਜਿਹੜਾ 6 ਆ ਰਿਹਾ ਉਹ ਆ ਰਿਹਾ ਸੀਗਾ ਆਪਸ਼ਨ ਏ ਦਾ ਸੋ ਸਾਡਾ ਰਾਈਟ ਆਨਸਰ ਫੇਕੀ ਹੋ ਗਿਆ ਆਪਸ਼ਨ ਏ ਬੱਚਿਓ ਇਹ ਜਿੰਨਾ ਪਰ ਰਫ ਕੰਮ ਕੀਤਾ ਹੈ ਤੁਸੀਂ ਪੇਪਰ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਜਿਹੜੇ ਬੱਚੇ ਇਹ ਰਫ ਕੰਮ ਜਾਂ ਇਹਨੂੰ ਮੂਹ ਜਵਾਨੀ ਕਰ ਸਕਦੇ ਉਹ ਸਿੱਧਾ ਉੱਤਰ ਨੂੰ ਸਰਕਲ ਜਾਂ ਟਿੱਕ ਕਰ ਸਕਦੇ ਆ ਜੇ ਤੁਸੀਂ ਰਫ ਕੰਮ ਕਰਨਾ ਤਾਂ ਤੁਸੀਂ ਉਹਦੇ ਲਈ ਐਕਸਟਰਾ ਪੇਜ ਵਰਤਣਾ ਆ ਜਿਸ ਤਰ੍ਹਾਂ ਮੈਂ ਕੀਤਾ ਇਸੇ ਤਰ੍ਹਾਂ ਪੇਪਰ ਦੇ ਉੱਪਰ ਇੰਨਾ ਖਲਾਰਾ ਨਹੀਂ ਪਾਉਣਾ ਆਪ ਦੇਖਦੇ ਹਾਂ ਸਵਾਲ ਨੰਬਰ 16 ਇਹਠਾਂ ਦਿੱਤੇ ਚਿੱਤਰਾਂ ਨੂੰ ਧਿਆਨ ਨਾਲ ਦੇਖੋ। ਬੱਚਿਓ ਸਾਨੂੰ ਇਹ ਜਿਹੜੇ 4 ਚਿੱਤਰ ਦਿੱਤੇ ਗਏ ਆ। ਇਹਦੇ ਵਿੱਚ ਕੀ ਦੱਸਿਆ ਗਿਆ ਵੀ ਇਹ ਜਿਹੜਾ ਇੱਕ ਛੋਟਾ ਡੱਬਾ ਆ 1 ਸੈਂਟੀਮੀਟਰ ਦਾ ਆ। ਹੁਣ ਆਪਾਂ ਦੇਖਣਾ ਕੀ ਆ ਕਿਸ ਚਿੱਤਰ ਦਾ ਖੇਤਰਫਲ 6 ਵਰਗ ਸੈਂਟੀਮੀਟਰ ਦੇ ਬਰਾਬਰ ਹੈ। ਬੱਚਿਓ ਹੁਣ ਇਹਦੇ ਵਿੱਚ ਕੀ ਕਰਾਂਗੇ ਇਹ ਜਿਹੜਾ ਨਾ ਇੱਕ ਡੱਬਾ ਆ ਉਹ 1 ਵਰਗ ਸੈਂਟੀਮੀਟਰ ਦਾ ਹੁੰਦਾ ਆ। ਅਸੀਂ ਜੇ ਲੱਭਣਾ 6 ਵਰਗ ਸੈਂਟੀਮੀਟਰ ਤੇ ਇਹਦਾ ਸੌਖਾ ਢੰਗਾ ਵੀ ਜਿਹੜੇ ਵੀ ਚਿੱਤਰ ਵਿੱਚ 6 ਡੱਬੇ ਹੋਣਗੇ ਉਹੀ ਸਾਡਾ ਆਨਸਰ ਹੋਏਗਾ ਆਓ ਗਿੰਦੇ ਆਂ ਚਿੱਤਰ ਨੰਬਰ 1 1 2 3 4 5 6 ਜੋ ਇਹ ਜਿਹੜਾ ਸਾਡਾ ਚਿੱਤਰ ਫਰਸਟ ਆ ਉਹੀ ਸਾਡਾ ਆਨਸਰ ਆ ਗਿਆ ਹੈ ਆਪਾਂ ਫਿਰ ਇੱਕ ਵਾਰੀ ਤੁਹਾਡਾ ਕਰਕੇ ਗਿਣ ਲੈਂਦੇ ਬਾਕੀ ਵੀ 1 2 3 4 5 6 7 8 ਫਿਰ ਇਹ 1 2 3 4 5 1 2 3 4 5 6 7 ਬੱਚਿਓ ਇਹ ਆਪਣਾ ਅਨਸਰ ਜਿਹੜਾ ਸਹੀ ਸੀਗਾ ਆਉ ਦੇਖਦੇ ਹਾਂ ਫਿਰ ਸਵਾਲ ਨੰਬਰ 17 ਪੂਜਾ ਗੁਣਾ ਪੂਜਾ ਡੈਸ਼ ਦਾ ਖੇਤਰਫਲ ਹੈ ਬੱਚਿਓ ਇੱਕ ਫਾਰਮੂਲਾ ਹੁੰਦਾ ਇਹ ਤੁਸੀਂ ਯਾਦ ਕਰਨਾ ਹੈ ਵੀ ਪੂਜਾ ਗੁਣਾ ਪੂਜਾ ਕਿਹਦਾ ਫਾਰਮੂਲਾ ਆ ਸਾਨੂੰ ਆਪਸ਼ਨ ਦਿੱਤੀਆਂ ਬੱਚਿਓ ਆਇਤ ਵਰਗ ਤਿਕੋਣ ਤੇ ਚੱਕਰ ਬੱਚਿਓ ਪੂਜਾ ਗੁਣਾ ਪੂਜਾ ਵਰਗ ਦਾ ਖੇਤਰਫਲ ਹੁੰਦਾ ਆ ਫਿਰ ਤੁਹਾਡਾ ਰਾਈਟ ਆਨਸਰ ਕੀ ਆਏਗਾ অপਸ਼ਨ B ਸਵਾਲ ਨੰਬਰ 18 ਸਮਝੋ ਅਤੇ ਨਮੂਨਾ ਪੂਰਾ ਕਰੋ ਪਛਿਓ ਆਹ ਹੁਣ ਜੋ ਸਾਨੂੰ ਦਿੱਤਾ ਗਿਆ ਹੈ ਨਾ ਤਕੋਨ ਦੇ ਵਿੱਚ ਇਹਨੂੰ ਆਪਾਂ ਧਿਆਨ ਨਾਲ ਦੇਖਣਾ ਤੇ ਫਿਰ ਜੋ ਇੱਥੇ ਆਉਂਦਾ ਹੈ ਖਾਲੀ ਥਾਂ ਤੇ ਉਹ ਲੱਭਣਾ ਦਿੱਤੀਆਂ ਹੋਈਆਂ অপਸ਼ਨ ਦੇ ਵਿੱਚ ਹੁਣ ਜੇ ਆਪਾਂ ਬੱਚਿਓ ਦੇਖਿਓ ਕੀ ਦਿੱਤਾ ਹੋਇਆ ਵਾ ਹੁਣ ਪਹਿਲਾਂ 5 ਆ ਫਿਰ 25 ਆ ਫੇ 45 ਆ ਫੇ 65 ਆ ਜੇ ਧਿਆਨ ਨਾਲ ਦੇਖੋ ਤਾਂ ਤੁਸੀਂ 5 25 45 65 ਬੱਚਿਓ ਧਿਆਨ ਨਾਲ ਦੇਖਣ ਤੇ ਇਹ ਪਤਾ ਲੱਗਦਾ ਵੀ ਇਹਨਾਂ ਵਿੱਚ 20 20 ਜੋੜ ਕੇ ਇਹਨਾਂ ਨੂੰ ਲਿਖਿਆ ਗਿਆ ਜਿਸ ਤਰ੍ਹਾਂ 5 ਵਿੱਚ 20 ਜੋੜੇ 25 ਹੋ ਗਏ 25 'ਚ 20 ਜੋੜਾਂਗੇ 45 ਹੋ ਜਾਣੇ 45 'ਚ 20 ਜੋੜਾਂਗੇ 65 ਹੋ ਜਾਣੇ 65 'ਚ 20 ਜੋੜਾਂਗੇ ਕਿੰਨੇ ਹੋ ਜਾਣੇ 85 ਹੋ ਜਾਣੇ ਇਹਦਾ ਮਤਲਬ ਉਹ ਸਾਡੇ ਕੋ ਇੱਥੇ ਕੀ ਹੋਣਾ ਚਾਹੀਦਾ 85 ਪਰ ਇੱਕ ਗੱਲ ਹੋਰ ਆ ਵੀ ਇਹਨਾਂ ਅੰਕਾਂ ਦੇ ਨਾਲ ਇੱਕ ਅੰਗਰੇਜ਼ੀ ਦਾ ਅੱਖਰ ਵੀ ਲਿਖਿਆ ਹੋਇਆ ਵਾ ਆਪਾਂ ਉਹਦਾ ਵੀ ਹਿਸਾਬ-ਕਿਤਾਬ ਦੇ ਦੇ ਆ ਸਭ ਤੋਂ ਪਹਿਲਾਂ ਦਿੱਤਾ ਐਮ ਫਿਰ ਐਨ ਓ ਪੀ ਪੜੋ ਫਿਰ ਐਮ ਐਨ ਓ ਪੀ ਫਿਰ ਪੜਿਓ ਐਮ ਐਨ ਓ ਪੀ ਕਯੂ ਕੀ ਆਊਗਾ ਇੱਥੇ ਕਯੂ ਜਾਂ ਕਯੂ ਇਹਦਾ ਮਤਲਬ ਸਾਡੀ ਖਾਲੀ ਥਾਂ ਜਿਹੜੀ ਭਰ ਗਈ ਹੁਣ ਰਿਲੇਸ਼ਨ ਇਹਦਾ ਕੀ ਬਣਿਆ ਸੀ ਇਹ ਕਿੱਦਾਂ ਬਣਾਇਆ ਸੀ ਜਿਹੜੇ ਅੰਕ ਸੀ ਇਹਨਾਂ ਵਿੱਚ b b ਦਾ ਵਾਧਾ ਕੀਤਾ ਗਿਆ ਸੀ ਤੇ ਜਿਹੜੀ a b c ਆ ਉਹਨਾਂ ਵਿੱਚ ਇਹਨੂੰ ਲਗਾਤਾਰ ਇਹਨੂੰ ਲਿਖਿਆ ਗਿਆ ਸੀ m ਤੋਂ m n o p q ਸੋ ਸਾਡਾ ਰਾਈਟ ਆਪਸ਼ਨ ਇਹਦੇ ਵਿੱਚੋਂ ਕਿਹੜੀ ਹੋ ਜਾਏਗੀ ਆਪਸ਼ਨ d ਸਵਾਲ ਨੰਬਰ 19 ਅਗਲੀ ਵਰਗ ਸੰਖਿਆ ਕੀ ਹੋਵੇਗੀ ਬੱਚਿਓ ਵਰਗ ਸੰਖਿਆ ਜਦੋਂ ਵੀ ਆਪਾਂ ਲਿਖਣੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਅਸੀਂ ਕਿਦਾਂ ਲਿਖਣੀ ਆ ਜੇ ਅਸੀਂ ਮਤਲਬ 1 ਨੂੰ 1 ਨਾਲ ਗੁਣਾ ਕਰਨੀ ਆ ਤੇ 2 ਨੂੰ 2 ਨਾਲ 3 ਨੂੰ 3 ਨਾਲ ਤੇ 4 ਨੂੰ 4 ਦੇ ਨਾਲ ਹੁਣ ਸਾਨੂੰ ਕੀ ਇੱਥੇ ਬਿੰਦੂ ਦਿੱਤੇ ਗਏ ਆ ਇਹਦਾ ਮਤਲਬ ਇਹ 1 ਨੂੰ 1 ਨਾਲ ਆ ਇਹ 2 ਨੂੰ 2 ਨਾਲ ਆ ਕਿਉਂਕਿ ਸਾਰੇ ਪਾਸੇ ਨੂੰ ਕੀ ਆ ਦੇਖੋ 1 2 1 2 ਜੇ ਇਧਰੋਂ ਗਿਣੀਏ ਇਹ ਵੀ 1 2 1 2 ਫਿਰ ਅਗਲਾ ਆ ਗਿਆ 3 3 1 2 3 1 2 3 1 2 3 ਸਾਰੇ ਪਾਸੇ ਨੇ ਤਿੰਨ ਆ ਰਿਹਾ ਹੁਣ ਥੱਲੇ ਨੂੰ ਵੀ ਦੇਖ ਲਓ 1 2 3 1 2 3 1 2 3 ਇਹਦਾ ਮਤਲਬ ਖਾਲੀ ਥਾਂ ਤੇ ਸਾਡਾ ਹੁਣ ਕੀ ਆਉਣਾ ਚਾਹੀਦਾ ਇਹ ਆਉਣਾ ਚਾਹੀਦਾ 4 4 ਮਤਲਬ 4 4 ਦੇ ਗੋਲੇ ਹਰ ਇੱਕ ਪਾਸੇ ਨੂੰ ਉਨ ਜੇ ਆਪਾਂ ਆਪਸ਼ਨ ਦੇਖੀਏ ਨਾ ਚੋ ਦੇਖੀਏ ਇੱਕ ਇਹਨੇ ਜੀ 1 2 3 4 ਹੇਠਾਂ ਵਾਲ ਨੂੰ ਕਿੰਨੇ ਆ ਜੀ 1 2 3 ਨਹੀਂ ਇਹ ਗਲਤ ਆ ਕਿਉਂਕਿ ਥੱਲੇ ਨੂੰ ਵੀ 4 ਆਉਣੇ ਚਾਹੀਦੇ ਚਲੋ ਅਗਲੀ ਆਪਸ਼ਨ 1 2 3 ਇਧਰ ਨੂੰ 3 1 2 3 4 ਹੇਠਾਂ ਵਾਲ ਨੂੰ ਤਾਂ 4 ਆ ਪਰ ਇਧਰ ਨੂੰ ਹੁਣ 3 ਆ ਇਹ ਵੀ ਨਹੀਂ ਸਾਡਾ ਆਨਸਰ ਅਗਲੀ ਆਪਸ਼ਨ 1 2 3 4 1 2 3 4 ਬੱਚਿਓ ਹਾਂ ਜੇ ਇਹਨੂੰ ਆਪਾਂ ਕਿਸੇ ਪਾਸੇ ਨੂੰ ਵੀ ਤੁਸੀਂ ਗਿਣੋਗੇ ਮਤਲਬ ਸਾਈਡ ਵੱਲ ਨੂੰ ਵੀ ਜਾਂ ਹੇਠਾਂ ਵੱਲ ਨੂੰ ਵੀ ਇਹ ਕੀ ਆ ਰਿਹਾ ਸਾਰੇ ਪਾਸੇ 4 4 ਆ ਰਿਹਾ ਵਾ ਇਹਦਾ ਮਤਲਬ ਸਾਡਾ ਰਾਈਟ ਜਿਹੜਾ ਆਨਸਰ ਹੋਏਗਾ ਆਪਸ਼ਨ ਸੀ ਆਉ ਦੇਖਦੇ ਹਾਂ ਸਵਾਲ ਨੰਬਰ B ਰੰਗਦਾਰ ਡੱਬਿਆਂ ਵਿੱਚਲੀਆਂ ਸੰਖਿਆਵਾਂ ਦਾ ਸਹੀ ਜੋੜ ਪਤਾ ਕਰੋ ਬੱਚਿਓ ਇਹ ਸੌਖਾ ਸਵਾਲ ਆ ਗਿਆ ਕਾਹਦਾ ਸਵਾਲ ਆ ਜੋੜ ਦਾ ਪਰ ਜੋੜਨਾ ਤੁਸੀਂ ਕਿਹਨਾਂ ਨੂੰ ਆ ਜਿਹੜੇ ਇਹ ਰੰਗਦਾਰ ਅੰਕ ਹਨ ਰੰਗਦਾਰ ਡੱਬਿਆਂ ਵਿੱਚਲੇ ਅੰਕਾਂ ਨੂੰ ਆਪਾਂ ਕੀ ਕਰਨਾ ਜੋੜਨਾ ਹੈ ਬੱਚਿਓ ਹਣ ਜੇ ਤੁਸੀਂ ਜੋੜਨਾ ਹੈ ਤੇ ਇਹਨੂੰ ਆਪ ਵੀ ਜੋੜ ਸਕਦੇ ਹੋ ਕਿ ਆਪਾਂ ਜੋੜਨਾ ਹੈ ਤੇ ਆਪਾਂ ਵੀ ਹਣ ਦੇਖ ਲੈਂਦੇ ਆ ਸਭ ਤੋਂ ਪਹਿਲਾਂ ਆ ਦੇਖੋ ਜੀ 8 9 10 ਉਤ ਬਾਅਦ ਆ ਰਿਹਾ ਤੇ ਦੇਖੋ ਬੱਚੇ 8 9 10 ਤੇ 15 16 17 22 23 24 ਇਦਾਂ ਹੀ ਆਪਾਂ ਲੈ ਕੇ ਇਹਨੂੰ ਜੋੜ ਲੈਂਦੇ ਆ 15 16 17 22 23 ਤੇ 24 ਜਦੋਂ ਹੁਣ ਆਪਾਂ ਜੋੜ ਕਰਾਂਗੇ ਉਦੋਂ ਆਪਾਂ ਕੀ ਕਰਨਾ ਹੈ ਹੁਣ ਗਿਣ ਲੈਂਦੇ 8 8 ਤੇ 9 17 17 ਤੇ 5 22 22 ਤੇ 6 28 28 ਤੇ 7 35 35 ਤੇ 2 37 37 ਤੇ 3 40 40 ਤੇ 4 44 44 ਦਾ ਲੱਗ ਗਿਆ ਸਾਡੇ ਕੋਲ ਚੌਕਾ ਬਾਕੀ ਸਾਡੇ ਕੋਲ ਕਿੰਨੇ ਬਚ ਗਏ ਫਿਰ 4 ਹਾਂਸਲ ਬੱਚੇ ਆਪ ਲੇਖਣਾ ਪਵੇ ਇਸ ਲਈ ਆਪਾਂ ਇਹਨਾਂ ਨੂੰ ਜ਼ੀਰੋ ਲਾ ਲਈਏ ਹੁਣ ਇਧਰ ਲਾਈਨਾਂ ਕਹਿੰਦੀਆਂ 4 5 6 7 8 9 10 11 12 13 14 ਇਹ ਸਾਡੇ ਕੋਲ ਬੱਚੇ ਆ ਗਏ 14 ਤੇ ਸੰਖਿਆ ਬਣ ਗਈ ਸਾਡੇ ਕੋਲ ਜਿਹੜਾ ਜੋੜ ਬਣ ਗਿਆ 144 ਆਉ ਦੇਖਦੇ ਹਾਂ ਆਪਸ਼ਨਸ ਬੱਚਿਓ ਇਹਨਾਂ ਵਿੱਚ ਸਾਡੇ ਕੋਲ ਪਹਿਲੇ ਹੀ ਨੰਬਰ ਤੇ 144 ਦਿੱਤਾ ਸੋ ਸਾਡਾ ਰਾਈਟ ਆਨਸਰ ਹੋ ਗਿਆ ਆਪਸ਼ਨ A ਬੱਚਿਓ ਇਹ ਸੀ ਤੁਹਾਡਾ ਮਾਡਲ ਟੈਸਟ ਪੇਪਰ ਟਰਮ 1 ਜੁਲ ਸੈਂਬਰ ਤੋਂ ਪੇਪਰ ਹੋਣ ਜਾ ਰਹੇ ਹਨ ਅੱਜ ਆਪਾਂ ਕੀਤਾ ਹੈ ਵਿਸ਼ਾ ਗਣਿਤਾ ਪੇਪਰ ਪਛਵਾਸ ਕਰਦਾ ਕਿ ਤੁਸੀਂ ਇਹਨੂੰ ਜ਼ਰੂਰ ਰਿਵਾਈਜ਼ ਕਰੋਗੇ ਤੇ ਇਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਜਿੱਥੇ ਵੀ ਕਿਸੇ ਹੈਲਪ ਦੀ ਲੋੜ ਪਈਗੀ ਜਾਂ ਕੋਈ ਚੀਜ਼ ਸਮਝ ਨਹੀਂ ਲੱਗੀ ਉਹ ਤੁਸੀਂ ਆਪਣੇ ਟੀਚਰ ਦੀ ਹੈਲਪ ਜ਼ਰੂਰ ਲਓਗੇ ਬੱਚਿਓ ਇਹ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਔਰ ਲਾਈਕ ਜ਼ਰੂਰ ਕਰ ਦੇਣਾ ਥੈਂਕ ਯੂ ਬੇਟਾ ਜੀ